ಮುಚ್ಚಿಂದೆ ಕುಂಡೆಲಾಲೋ ನಿಶರಪಿ ಮುಂಡೆ ಒದೇನೆ ಯಾರ್ ದೇವಿಯಾದ ಮುಂಡೆ ಜಶನ ಮನೋದೇನೆ ಡರೋ ನರಕನು ਡਰੋ ਨਰਕਾਨੋ ਜੱਟ ਬੱਕਰੇ ਬੁਲਾਉਂਦੇ ਨੇ ਜਿੰਦੇ ਕੁੰਡੇ ਲਾ ਲੋ ਨੀ ਸ਼ਰਾਬੀ ਮੁੰਡੇ ਆਉਂਦੇ ਨੇ ਜਿਹੜੇ ਉਦੋਂ ਜਿੰਦੇ ਕੁੰਡਿਆਂ ਦੀ ਗੱਲ ਕਰਦੇ ਸੀ ਜਿਹੜੇ ਮੁੰਡੇ ਉਦੋਂ ਸ਼ਰਾਬੀ ਚੱਲ ਕੇ ਆ ਰਹੇ ਸੀ ਹੁਣ ਤਾਂ ਉਹਨਾਂ ਦੇ ਵੀ ਨਿਆਣੇ ਹੋ ਗਏ ਹੋਣੇ ਬਿਲਕੁਲ ਜੀ ਬਿਲਕੁਲ ਕਿਉਂਕਿ 14 15 ਸਾਲ ਹੋ ਗਏ ਆ ਇਸ ਸਟੇਜ ਨੂੰ ਆਈ ਨੂੰ ਪ੍ਰਵੀਨ ਪਾਟਾ ਦਾ ਬੜਾ ਵੱਡਾ ਨਾਂ ਰਿਹਾ ਪਰ ਇਹਨਾਂ ਟੀਸੀ ਦੇ ਉੱਤੇ ਪਹੁੰਚ ਕੇ ਇੱਕਦਮ ਚੁੱਪ ਜੀ ਵੱਟ ਲੈਣੀ ਵਜ੍ਹਾ ਕੀ ਹੈ ਵੇ ਕੁੜੀ ਕਿਹੜੇ ਪਾਸੇ ਤੋਰ ਲਈ ਐ ਇਹ ਤਾਂ ਪਾਸਾ ਹੀ ਗਲਤ ਆ ਲੈ ਕੁੜੀਆਂ ਥੋੜੀ ਗਾਉਂਦੀਆਂ ਹੁੰਦੀਆਂ ਇੱਜ਼ਤ ਨੂੰ ਦਾਗ ਲਵਾਉਗੀ ਕਈ ਗੱਲਾਂ ਦਾ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਲੋਕ ਤੁਹਾਡੇ ਬਾਰੇ ਕਿਹੜੀਆਂ ਗੱਲਾਂ ਕਰਦੇ ਹੁੰਦੇ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਫੀਮੇਲ ਸਿੰਗਰ ਨੂੰ ਤਾਂ ਬਹੁਤ ਕੁਝ ਕਰਨਾ ਪੈਂਦਾ ਜੀ ਉਹ ਮਤਲਬ ਜੋੜੀਆਂ ਹੀ ਬਣਾ ਦਿੰਦੇ ਆ ਲੋਕ ਵੀ ਤੁਸੀਂ ਉਹਦੇ ਨਾਲ ਗਾਇਆ ਦੇ ਨਾਲ ਗਾਇਆ ਪਤਾ ਨਹੀਂ ਕੀ ਕੁਝ ਸਾਡੇ ਵੀ ਫੈਮਿਲੀ ਮੈਂਬਰ ਆ ਸਾਡੇ ਵੀ ਭਰਾ ਹੁੰਦੇ ਆ ਠੀਕ ਆ ਨਾ ਸਾਡੇ ਵੀ ਮਾਂ-ਬਾਪ ਆ ਔਰ ਸਾਡੇ ਵੀ ਘਰਾਂ 'ਚ ਉਦਾਂ ਹੀ ਹੁੰਦਾ ਜਿੱਦਾਂ ਕੁੜੀਆਂ ਨੂੰ ਡਾਂਟਿਆ ਜਾਂਦਾ ਹਰ ਚੀਜ਼ ਤੋਂ ਕਹਿ ਲਓ ਵੀ ਮੇਲ ਦਾ ਪਲੜਾ ਹੈ ਉਹ ਭਾਰੀ ਰਹਿੰਦਾ ਹੈ ਕੁੜੀ ਨੂੰ ਉਹਨਾਂ ਅੱਗੇ ਆਉਣ ਦਾ ਮੌਕਾ ਨਹੀਂ ਮਿਲਦਾ ਚਾਹੇ ਉਹ ਪੈਸਿਆਂ ਪੱਖੋਂ ਕਹਿ ਲਈਏ ਜਾਂ ਆਪਣਾ ਹੁਨਰ ਵਿਖਾਉਣ ਪੱਖੋਂ ਕਹਿ ਲਈਏ ਮੈਂ ਇੱਕ ਬਹੁਤ ਹੀ ਕੌੜੀ ਗੱਲ ਕਹਿਣ ਜਾ ਰਹੀ ਹਾਂ ਤੇ ਪਰ ਮੈਂ ਕਹਿਣੀ ਵੀ ਮੈਂ ਹਟਣਾ ਵੀ ਨਹੀਂ ਕਹਿਣਾ ਤੁਹਾਡੇ ਕੋਲੇ ਵੀ ਆਉਂਦੇ ਆ ਇਹੋ ਜਿਹੇ ਗੀਤਕਾਰਾਂ ਦੇ ਗੀਤ ਵੀ ਭਾਈ ਆ ਮੈਂ ਲਿਖਿਆ ਨਵਾਂ ਆ ਵਡਾਂਗਾ ਕਰ ਦਿਆਂਗੇ ਫੱਟੇ ਹੀ ਚੱਕ ਦਿਆਂਗੇ ਗ੍ਰੇਨੇਡ ਸੁੱਟ ਹੀ ਦਿੰਦਾ ਹੁੰਦਾ ਸਹੇਲੀ ਦੇ ਘਰੇ ਤੁਸੀਂ ਤਾਂ ਪੋਲਾ ਜਿਹਾ ਗਾਓਗੇ ਹਨਾ ਉਹ ਵੀ ਮਾਰੂੰਗੀ ਮੈਂ ਤੇਰੇ ਕਿਰਪਾ ਨਿਵੇ ਕੱਢ ਦੂੰਗੀ ਤੇਰੀ ਤਮਜਾ ਨਿਵੇ ਹਾਜ਼ਰ ਹੈ ਜੱਜ ਦਾ ਵਿਚਾਰ ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਏਸ਼ੀਆ ਟੀਵੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਚਾਹੀਦਾ ਵਿਚਾਰ ਲੈ ਕੇ ਅਸੀਂ ਹਾਜ਼ਰ ਹਾਂ ਮੈਂ ਹਰਮਨ ਥਿੰਦ ਤੇ ਹਰ ਰੋਜ਼ ਦੀ ਤਰ੍ਹਾਂ ਮੇਰੇ ਨਾਲ ਹਾਜ਼ਰ ਨੇ ਸਵਰਨ ਸਿੰਘ ਟਾਣਾ ਸਤਿ ਸ਼੍ਰੀ ਅਕਾਲ ਟਾਣਾ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਬਹੁਤ ਹੀ ਵਧੀਆ ਚੜ੍ਹਦੀ ਕਲਾ ਅੱਜ ਫਿਰ ਤੋਂ ਇੱਕ ਖਾਸ ਕਿਸ਼ਤ ਲੈ ਕੇ ਆਏ ਬਿਲਕੁਲ ਜੀ ਬੇਹੱਦ ਖਾਸ ਕਿਸ਼ਤ ਹੈ ਕਿਉਂਕਿ ਪੰਜਾਬੀ ਗਾਇਕੀ ਦੇ ਵਿੱਚ ਸਮੇਂ-ਸਮੇਂ ਦੇ ਉੱਤੇ ਬੜੇ ਬਦਲਾਅ ਆਉਂਦੇ ਆ ਕਦੇ ਦੁਗਾਣਾ ਗਾਇਕੀ ਕਦੇ ਇਕਹਿਰੀ ਗਾਇਕੀ ਇੱਕ ਵਾਰੀ ਤਿਗਾਣਾ ਗਾਇਕੀ ਵੀ ਆਈ ਸੀ ਤਿੰਨ ਜਣੇ ਇਕੱਠੇ ਹੋ ਕੇ ਗਾਉਂਦੇ ਹੁੰਦੇ ਸੀ ਵੀ ਸਮੇਂ-ਸਮੇਂ ਦੇ ਉੱਤੇ ਰੂਪ ਬਦਲਦੇ ਪੌਪ ਰੈਪ ਸ਼ੈਪ ਪਤਾ ਨਹੀਂ ਕੀ ਕੀ ਆਉਂਦਾ ਪਰ ਕੁਝ ਕੁ ਵਰੇ ਪਹਿਲਾਂ ਦੇ ਵਾਲੇ ਜੇ ਝਾਤੀ ਮਾਰਦੇ ਹਾਂ ਤਾਂ ਹਰ ਕੈਸਟ ਆ ਜਿਹੜੀ ਉਹ ਦੁਗਾਣੇ ਦੀ ਜਾਪਦੀ ਸੀ ਪਹਿਲਾਂ ਇਹ ਪੂਰੇ 8 ਗੀਤਾਂ ਦੇ ਵਿੱਚੋਂ 1-2 ਦੁਗਾਣੇ ਹੁੰਦੇ ਸੀਗੇ ਫਿਰ ਪੂਰੀ ਦੁਗਾਣਿਆਂ ਦੀ ਆਉਣ ਲੱਗ ਪਈ ਅੱਜ ਕੱਲ੍ਹ ਕੋਈ ਹੋਰ ਹਨੇਰੀ ਚੱਲ ਰਹੀ ਹੈ ਪਰ ਜਦੋਂ ਕੈਸਟਾਂ ਦਾ ਦੁਗਾਣਿਆਂ ਦਾ ਜ਼ੋਰ ਸੀਗਾ ਉਸ ਵਕਤ ਪ੍ਰਵੀਨ ਭਾਟਾ ਦਾ ਨਾਂ ਬਿਲਕੁਲ ਸਿਰ ਚੜ੍ਹ ਕੇ ਬੋਲਦਾ ਸੀ ਸੁਦੇਸ਼ ਕੁਮਾਰੀ ਮਿਸ ਪੂਜਾ ਗੁਰਲੇਜ਼ ਅਖਤਰ ਤੇ ਪ੍ਰਵੀਨ ਭਾਟਾ ਚਾਰਾਂ ਦੇ ਗਾਣੇ ਮੁਕਾਬਲੇ ਦੇ ਵਿੱਚ ਆਉਂਦੇ ਹੁੰਦੇ ਸੀ ਫਸ ਫਸ ਕੇ ਆਉਂਦੇ ਹੁੰਦੇ ਸੀ ਜੀ ਔਰ ਜਦੋਂ ਵੀ ਕਿਤੇ ਰਾਹਾਂ ਦੇ ਵਿੱਚੋਂ ਲੰਘਣਾ ਕਿਤੇ ਕੋਈ ਟਰੈਕਟਰ ਕੋਲ ਦੀ ਲੰਘ ਜਾਣਾ ਜਾਂ ਕੋਈ ਗੱਡੀ ਕੋਲ ਦੀ ਲੰਘ ਜਾਣੀ ਤੇ ਕੰਨ ਵਲੇਲ ਪੈ ਹੀ ਜਾਂਦੇ ਹੁੰਦੇ ਸੀ ਬਿਲਕੁਲ ਸਹੀ ਗੱਲ ਹੈ ਜੀ ਤੇ ਅੱਜ ਫਿਰ ਅਸੀਂ ਇੱਕ ਖਾਸ ਮਹਿਮਾਨ ਨੂੰ ਲੈ ਕੇ ਆਏ ਆ ਪਤਾ ਲੱਗ ਹੀ ਗਿਆ ਵੀ ਆਪਾਂ ਪ੍ਰਵੀਨ ਭਾਟਾ ਹੋਰਾਂ ਨੂੰ ਲੈ ਕੇ ਆਏ ਆ ਜੀ ਤੇ ਆਪਾਂ ਸਵਾਗਤ ਵੀ ਕਰ ਲਈਏ ਨਾ ਕਰਾਂਗੇ ਮਾੜਾ ਜਿਹਾ ਸਬਰ ਨਾਲ ਹੀ ਚੀਜ਼ ਹੁੰਦੀ ਆ ਜਦੋਂ ਇੰਨੇ ਸਾਲਾਂ ਬਾਅਦ ਮੁਲਾਕਾਤ ਹੋਈ ਹੋਵੇ ਫਿਰ ਸਬਰ ਨਹੀਂ ਰਹਿੰਦਾ ਕਰੋ ਫਿਰ ਸਵਾਗਤ ਜੀ ਸੋ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਤੈਨਾ ਸਾਹਿਬ ਔਰ ਸਤਿ ਸ਼੍ਰੀ ਅਕਾਲ ਹਰਮਨ ਜੀ ਔਰ ਚੱਜ ਦਾ ਵਿਚਾਰ ਪ੍ਰੋਗਰਾਮ ਦੇਖ ਰਹੇ ਸਾਰੇ ਹੀ ਰੱਬ ਵਰਗੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿਕਾਰ ਭਰਿਆ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਚੜ੍ਹਦੀ ਕਲਾ ਚੋਂ ਬਹੁਤ ਵਧੀਆ ਜੀ ਜ਼ਿੰਦਗੀ ਜ਼ਿੰਦਾਬਾਦ ਆ ਜ਼ਿੰਦਾਬਾਦ ਬਿਲਕੁਲ ਮੈਂ ਨਾ ਅੱਜ ਸਵੇਰ ਦੇ ਵੇਲੇ ਸੋਚਦਾ ਸੀਗਾ ਤੁਹਾਡਾ ਗਾਣਾ ਆਇਆ ਸੀ ਨਾ ਜਿੰਦੇ ਕੁੰਡੇ ਲਾ ਲੋ ਨੀ ਸ਼ਰਾਬੀ ਮੁੰਡੇ ਆਉਂਦੇ ਨੇ ਯਾਰ ਦੇ ਵਿਆਹ ਦਾ ਮੁੰਡੇ ਜਸ਼ਨ ਮਨਾਉਂਦੇ ਨੇ ਜਿਹੜੇ ਉਦੋਂ ਜਿੰਦੇ ਕੁੰਡਿਆਂ ਦੀ ਗੱਲ ਕਰਦੇ ਸੀ ਜਿਹੜੇ ਮੁੰਡੇ ਉਦੋਂ ਸ਼ਰਾਬੀ ਚੱਲ ਕੇ ਆ ਰਹੇ ਸੀ ਹੁਣ ਤਾਂ ਉਹਨਾਂ ਦੇ ਵੀ ਨਿਆਣੇ ਹੋ ਗਏ ਹੋਣੇ ਆ ਬਿਲਕੁਲ ਜੀ ਬਿਲਕੁਲ ਕਿਉਂਕਿ 14 15 ਸਾਲ ਹੋ ਗਏ ਆ ਇਸ ਸਟੇਪ ਨੂੰ ਆਏ ਨੂੰ ਵੱਧ ਹੀ ਹੋ ਗਏ ਹੋਣੇ ਮੇਰੇ ਖਿਆਲ ਨਾਲ ਪਰ ਟਾਣਾ ਸਾਹਿਬ ਤੁਸੀਂ ਵੀ ਇੱਕ ਹਨਾ ਪਾਰਟੀ ਦੇ ਜਿਹੜੇ ਖੋਜੀ ਲੋਕ ਨੇ ਉਹਨਾਂ ਵਰਗੇ ਹੋ ਗਏ ਹੋ ਕਿਆ ਖੋਜ ਕੀਤੀ ਹੈ ਅੱਛਾ ਹਾਂ ਮੈਂ ਵਿਗਿਆਨੀ ਬਣੋਗੇ ਵੱਡੇ ਹੋ ਕੇ ਮੈਂ ਖੁਦ ਨੂੰ ਨਿਊਟਨ ਟਾਈਪ ਫੀਲਿੰਗ ਲਾਉ ਪੂਰੀ ਲੈ ਰਹੇ ਹੋ ਕੇ ਜੀ ਤੇ ਹੁਣ ਆਪਾਂ ਸਵਾਲਾਂ ਦੇ ਰੌਣ ਚਾਹੀਏ ਬਿਲਕੁਲ ਸਹੀ ਤੇ ਪਹਿਲਾ ਤੁਹਾਡਾ ਸਵਾਲ ਇਹ ਆ ਵੀ ਪ੍ਰਵੀਨ ਭਾਟਾ ਦਾ ਬੜਾ ਵੱਡਾ ਨਾਂ ਰਿਹਾ ਮੈਂ ਰਿਹਾ ਸ਼ਬਦ ਤਾਂ ਕਹਿਣਾ ਵੀ ਅੱਜ ਦੇ ਸਮੇਂ ਦੇ ਵਿੱਚ ਸਰਗਰਮੀ ਘਟੀ ਆ ਪਰ ਇਹਨਾਂ ਟੀਸੀ ਦੇ ਉੱਤੇ ਪਹੁੰਚ ਕੇ ਇੱਕਦਮ ਚੁੱਪ ਜੀ ਵੱਟ ਲੈਣੀ ਗਾਇਕੀ ਦੇ ਵਿੱਚੋਂ ਪਰੇ ਜੇ ਹੋ ਜਾਣਾ ਵਜ੍ਹਾ ਕੀ ਆ ਟੈਨਸ ਸਾਹਿਬ ਇਦਾਂ ਕਿ ਮੈਂ ਜ਼ਿਆਦਾ ਗਾਣੇ ਵੱਲ ਸਹੀ ਦੱਸਾਂ ਤਾਂ ਧਿਆਨ ਹੀ ਨਹੀਂ ਦਿੱਤਾ
क्योंकि बाहर मैं पीआर हो गई कैनेडा दे विच सो ज्यादा टाइम उधर क्योंकि एक टाइम हुंदा कि तुहानू अपने बच्चों भी टाइम देना पैंदा आफ्टर मैरिज तुसी ओ भी एक मेरे ख्याल नाल एक कुड़ी दा एक औरत दा फर्ज है कि अपनी फैमिली नू अपने बच्चों भी फुल टाइम देना चाहिए तो इस करके थोड़ा गैप हो गया और पर मेरे रब वर्गी स्रोतिया ने मैनू कदे नहीं मतलब अपने तो अलग किया अज भी बहुत प्यार मिलता तुसी मेरे फेसबुक पेज पर जाके देखना और इन्नी प्यार और सत्कार भरी मैनू कमेंट करते हैं लोग और कह रहे कि जल्दी करो कुछ ना कुछ जल्दी करो और बहुत अच्छे आ रहे हैं मेरे अगे जी बहुत चंगी गल है सिर्फ व्याह ते बच्चे ही इक्को एक कारण सी जिदे करके गायकी तो दूर बस बाहर रहन करके तुहानू पता ही है कि वो समा भी पूरा करना पैंदा उत्थे पक्के होण लई बिल्कुल बिल्कुल जी और एक गल आ खास करके कलाकारां नू मेरे ख्याल नाल जी जिंदा रहना सारी जिंदगी लोगां दे विच उन्हां नू इंडिया रहना चाहीदा अच्छा पर कलाकार तो बाहर नू भजदे आ अज दी तरीक दे विच कनेडा भी इउं लगदा भी जिवें लुधियाने दा जिहड़ा उह ध्यान सिंह कंपलैक्स बन गया भी उत्थे भी लगातार कलाकार पहुंच रहे आ जिहदा भी जिवें भी मौका लगदा उह तुसीं देख ही रहे हो की चल रिहा अजकल लोक क्यों जा रहे है उत्थे क्योंकि जे इत्थे ही सारा कुछ मिलदा होवे फिर क्यों जाइए हांजी ते इत्थे तां बिलकुल हुण भी कलाकारां लई कोई इत्थे भी सही नहीं चल रिहा माहौल डेढ़ साल तों कम बंद होई पए आ इस करके फिर अपनी ढिड खातर जाना पैंदा पर तुहाडे कहने दे मुताबिक जेकर कलाकार ने सरगर्म रहना जिउंदे रहना गतिशील रहना तां भारत दे विच रहे पंजाब च रहे बिल्कुल हांजी क्योंकि मैनू इदां हुंदा सी उत्थे तां आपां रियाज़ भी नहीं खुल के कर सकदे हांजी ते आपां उत्थे तां गवांडी शिकायत कर दिंदा नहीं शिकायत तां वैसे किसी ने कीती नहीं मैनू अपने आप च इक मन दे विच डर हो जांदा जी कि तुसी उच्चा नहीं गाना लोग परेशान ना होण क्योंकि तुसी जिद्दां दी धरती ते रहने होने आ तुसी उदां दे असूलां नू भी अपनाना शुरू कर दिंदे जी जैसा देश वैसा हांजी उत्थे इदां हुंदा कि किसे नू क्योंकि कईआं ने दिन च कम करने हुंदे आ कईआं ने रात दीआं जॉबां हुंदीआं ते ओह फिर कलाकार जिहड़ा रियाज़ तों काफी दूर हो जांदा प्रवीण पाठा ने कदे सोचा सी भी पंजाबी गायकी दे विच इन्ना वड्डा नाम बण जूगा मेरा नहीं मैं तुहानू सच्ची दसां मैं गाने नू बहुत ज्यादा प्यार करदी आ मतलब गाना मेरे लिए एक रब आ और मैं कदे सोचिया नहीं सी मैं हुण भी नहीं सोचदी पहला भी मैं तो सोचिया नहीं सी कि मैं मतलब मैनू तो इदां हुंदा सी कि मैं बस गावां मेरे गाने मैं गा रही हाँ घरे भी मैं फुल टाइम बचपन च मैं बड़ा रियाज़ किया और मैनू जदों मेरे हिट भी होए आ मैनू उदों भी नहीं पता सी कि मेरे हिट होए क्योंकि इदां दा नेचर ही नहीं भी ज़्यादा हाइपर हो जाना किसी चीज़ नू लै के और मैनू मेरे गाने नाल प्यार आ मैं अज भी उन्नी मेहनत करदी आं जिन्नी पहलां करदी सी हांजी ते जदों इह ना फिर टीसी दे उपर पहुंचिया जदों प्रवीण पाठा हर पासे ना चर्चा दे विच आ गया उदों तां फिर मतलब एहसास होया होएगा वी अज मैं फेमस आ इक स्टार बन गई आपां प्रवीण पाठा हुन्ने आ हांजी उदों फिर ऐ नहीं सोचिया हुण मेरे वर्गी कौन नहीं 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 कोदे भी नहीं इन्ना मतलब अच्छा रब ने दिल दित्ता होया ना सच्ची नहीं इदा होया मेरे चाहन वाले जेडे मैनू बहुत नेड़े जानते वो सुन के समझ लेंगे मेरी गल कि मैं की कहना चाहनी हाँ मतलब इदा की गल ही नहीं क्योंकि तुहाडा एक रोटी का जरिया आ मैं देखती हाँ एटीट्यूड हुंदा सिंगर च मैं भी आपां भी विचरदे हाँ मैं किसी नूं नहीं कह रही पर यह चीज़ा मैं बहुत दूर हाँ इन्होंने चीज़ों तो मैनू तो यह हों कि मेरे अपने सारे मैं प्यार हर एक नूं बुलाव और इदा मैनू फील ही नहीं होया कि मेरे गाने बहुत हिट आ अच्छा ना कदे भी नहीं हाँ जी बिल्कुल पता की हुंदा जदों तुसी मैं अपने दे लगानी गल कि जदों मैं गाना शुरू कीता सी मेरे पिंड च वी पाटे दे विच वी कई लोग तां मतलब इन्ने ज्यादा मैनू मतलब मेरी हैल्प करदे सी मैनू अगे लिजाना चाहुंदे सी ਉਹਨਾਂ ਦੇ ਨਾਮ ਮੇਰੇ ਉਹ ਕਿਉਂਕਿ ਹਮੇਸ਼ਾ ਮੈਨੂੰ ਯਾਦ ਰਹਿਣਗੇ ਠੀਕ ਹੈ ਜੀ ਤੇ ਪਰ ਕਈ ਲੋਕ ਤੁਹਾਨੂੰ ਥੋੜਾ ਥੱਲੇ ਲਾਉਣ ਵਾਲੇ ਵੀ ਹੁੰਦੇ ਆ ਉਹ ਹੁੰਦੇ ਆ ਜਿੱਥੇ ਤੁਹਾਨੂੰ ਪਿਆਰ ਕਰਨ ਵਾਲੇ ਹੁੰਦੇ ਆ ਤਾਂ ਹੇਟਰ ਵੀ ਹੁੰਦੇ ਆ ਤੁਹਾਡੇ ਪਦਾਰਥ ਕੋਕੜੂ ਤਾਂ ਹੁੰਦੇ ਹੀ ਆ ਹਾਂਜੀ ਫਿਰ ਉਹ ਕਹਿੰਦੇ ਨਹੀਂ ਹੁੰਦੇ ਮੂੰਹ ਤੇ ਨਹੀਂ ਕਹਿੰਦੇ ਹੁੰਦੇ ਪਰ ਉਹਨਾਂ ਦਾ ਪਤਾ ਲੱਗ ਜਾਂਦਾ ਆ ਤੇ ਪਰ ਮੈਂ ਸ਼ੁਕਰਗੁਜ਼ਾਰ ਹਾਂ ਮਾਲਕ ਦੀ ਕਿ ਮੈਨੂੰ ਪਿਆਰ ਮਿਲਿਆ ਆਪਣੇ ਪਰ ਤੁਹਾਨੂੰ ਪਤਾ ਵੀ ਤੁਹਾਡੀ ਆਵਾਜ਼ ਦੇ ਵਿੱਚ ਇੱਕ ਵੱਖਰਤਾ ਅਲੱਦਗੀ ਜੀ ਆ ਤੁਸੀਂ ਨਿਆਣਿਆਂ ਨੂੰ ਬੱਚਿਆਂ ਜਿਵੇਂ ਗਾਉਂਦੇ ਹੋ ਤੁਹਾਡਾ ਬਿਲਕੁਲ ਮਲੂਕੜੇ ਜੇ ਤਰੀਕੇ ਦੇ ਨਾਲ ਸ਼ਰਾਰਤੀ ਜੇ ਅੰਦਾਜ਼ ਦੇ ਵਿੱਚ ਵੱਖਰੀ ਅਦਾ ਅੱਛਾ ਜੀ ਮੈਨੂੰ ਨਹੀਂ ਪਤਾ ਸੱਚੀ ਮੁੱਚੀ ਆਉਣ ਦਿਓ ਕੁਛ ਓਕੇ ਕੀ ਸੁਣਾਵਾਂ ਮੈਂ ਤੁਹਾਨੂੰ ਜਿੱਦੇ ਕੁੰਡੇ ਲਾ ਦਿਓ ਅੱਛਾ ਜੀ ਜਿੰਦੇ ਕੁੰਡੇ ਲਾ ਲਓ ਮੈਂ ਗਲਤ ਨਹੀਂ ਕਿਹਾ ਜਿੰਦੇ ਕੁੰਡੇ ਲਾ ਲਓ ਨੀ ਸ਼ਰਾਬੀ ਮੁੰਡੇ ਆਉਂਦੇ ਨੇ ਜਿੰਦੇ ਕੁੰਡੇ ਲਾ ਲਓ ਨੀ ਸ਼ਰਾਬੀ ਮੁੰਡੇ ਆਉਂਦੇ ਨੇ
यार दे विया दा मुंडे जश्न मनो देने डरो नरकानू डरो नरकानू जट बकरे बुलों देने जिंदे कुंडे लालो नी शराबी मुंडे यो देने ਪਾਟਾ ਤੁਹਾਡਾ ਪਿੰਡ ਹੈ ਤੇ ਫੇਰ ਉਹ ਕਿੰਨਾ ਕੁ ਮਾਣ ਕਿਉਂਕਿ ਲੋਕ ਜਿਹੜੇ ਉਹ ਜ਼ਰੂਰ ਕਹਿੰਦੇ ਹੋਣਗੇ ਵੀ ਸਾਡੇ ਪਿੰਡ ਦਾ ਨਾਂ ਅੱਜ ਦੁਨੀਆਂ ਦੇ ਵਿੱਚ ਮਸ਼ਹੂਰ ਕੀਤਾ ਵੀ ਕੁੜੀ ਕਿਹੜੇ ਪਾਸੇ ਤੋਰ ਲਈ ਹੈ ਇਹ ਤਾਂ ਪਾਸਾ ਹੀ ਗਲਤ ਆ ਕੁੜੀਆਂ ਥੋੜੀ ਗਾਉਂਦੀਆਂ ਹੁੰਦੀਆਂ ਇੱਜ਼ਤ ਨੂੰ ਦਾਗ ਲਵਾਉਗੀ ਏਦਾਂ ਕੁੜੀ ਹੋਣ ਦੇ ਨਾਤੇ ਮੁਸ਼ਕਲਾਂ ਆਈਆਂ ਬਹੁਤ ਜ਼ਿਆਦਾ ਆਈਆਂ ਮੁਸ਼ਕਲਾਂ ਕਿਉਂਕਿ ਪਾਪਾ ਦੀ ਬਹੁਤ ਜ਼ਿਆਦਾ ਮੈਂ ਕਲੋਜ਼ ਸੀਗੀ ਬਹੁਤ ਜ਼ਿਆਦਾ ਪਾਪਾ ਨੇ ਕਦੀ ਕੁੜੀ ਸਮਝਿਆ ਹੀ ਨਹੀਂ ਸੀ ਮੈਨੂੰ ਤੁਹਾਡੇ ਪਿਤਾ ਜੀ ਵੀ ਗਾਉਂਦੇ ਸੀ ਮੇਰੇ ਡੈਡੀ ਨੂੰ ਬੜਾ ਸ਼ੌਂਕ ਸੀ ਉਹਨਾਂ ਤੋਂ ਹੀ ਮਤਲਬ ਮੇਰੇ ਬਲੱਡ ਵਿੱਚ ਆਇਆ ਗਾਣਾ ਤੇ ਸ਼ੁਰੂ ਸ਼ੁਰੂ ਵਿੱਚ ਜਦੋਂ ਕਿਉਂਕਿ ਕਈ ਗੱਲਾਂ ਦਾ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਲੋਕ ਤੁਹਾਡੇ ਬਾਰੇ ਕਿਹੜੀਆਂ ਗੱਲਾਂ ਕਰਦੇ ਹੁੰਦੇ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਔਰ ਉਹ ਲੋਕ ਸੱਚ ਮਨਾ ਦਿੰਦੇ ਕਿ ਨਹੀਂ ਆਹ ਗੱਲ ਹੈ ਜਾਂ ਹੈ ਅਤੇ ਫਿਰ ਇੱਕ ਵਾਰੀ ਮੈਂ ਪਾਪਾ ਨੂੰ ਪੁੱਛਿਆ ਮੈਂ ਕਿਹਾ ਡੈਡੀ ਵੀ ਮੈਂ ਮਤਲਬ ਰੋਣ ਲੱਗ ਪਈ ਮੈਂ ਕਿਹਾ ਵੀ ਇੱਦਾਂ ਕਿਉਂ ਕਰਦੇ ਡੈਡੀ ਕਹਿੰਦੇ ਵੀ ਤੂੰ ਕੁਛ ਬਣ ਕੇ ਚਪੇੜ ਮਾਰ ਸਕਦੀ ਇਹਨਾਂ ਦੇ ਮੂੰਹ 'ਤੇ ਕਹਿੰਦੇ ਪੁੱਤ ਕਿਸੇ ਨੂੰ ਫੇਕੀ ਹੋ ਗਿਆ ਇੱਧਰੋਂ ਸੁਣੀ ਤਾਂ ਉੱਧਰੋਂ ਕੱਢ ਦੀ ਦਾ ਅਤੇ ਬਾਕੀ ਉਹਨਾਂ ਲੋਕਾਂ ਨੇ ਸਲਾਮ ਕੀਤੀ ਫਿਰ ਵਾਹ ਕਿਆ ਬਾਤ ਹੈ ਸਲਾਮ ਕੀਤੀ ਉਹਨਾਂ ਲੋਕਾਂ ਨੇ ਜਿਹੜੇ ਲੋਕ ਧੱਕਾ ਕਰਦੇ ਰਹੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਇਹ ਕਹਿਣਾ ਚਾਹੁੰਦੀ ਹਾਂ ਦੇਖੋ ਜੀ ਆਪਣੇ ਤਾਂ ਪੰਜਾਬ ਦਾ ਵੈਸੇ ਕਲਚਰ ਵੀ ਆਪਾਂ ਧੀਆਂ ਭੈਣਾਂ ਕਹਿੰਦੇ ਹਾਂ ਕਿ ਸਾਂਝੀਆਂ ਆ ਪਰ ਗੱਲਾਂ ਜਿਹੜੀਆਂ ਆਪਾਂ ਕਦੇ ਵੇਲੇ ਹੋਰ ਕਰ ਜਾਂਦੇ ਹਾਂ ਕੋਈ ਵੀ ਕੁੜੀ ਆ ਜਦੋਂ ਕੁਛ ਬਣਨਾ ਚਾਹੁੰਦੀ ਆ ਤਾਂ ਉਹਦੇ ਰਾਹ 'ਚ ਕੰਡੇ ਨਾ ਵਿੱਜੋ ਉਹਨੂੰ ਆਪਣੀ ਬੱਚੀ ਵਾਂਗੂ ਆਪਣੀ ਭੈਣ ਵਾਂਗੂ ਸਤਿਕਾਰ ਦਿਓ ਕਿਉਂਕਿ ਜੇ ਤੁਸੀਂ ਆਪਣੀ ਬੱਚੀ ਵਾਂਗੂ ਆਪਣੀ ਭੈਣ ਵਾਂਗੂ ਸਤਿਕਾਰ ਦਿਓਗੇ ਤਾਂ ਤੁਹਾਡੀ ਭੈਣ ਨੂੰ ਔਰ ਤੁਹਾਡੀ ਬੱਚੀ ਨੂੰ ਵੀ ਸਤਿਕਾਰ ਮਿਲੇਗਾ ਬਿਲਕੁਲ ਸਹੀ ਹਾਂਜੀ ਹਾਂ ਬਿਲਕੁਲ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਬਹੁਤ ਡੂੰਘੀ ਪਹਿਲਾ ਗਾਣਾ ਤੁਹਾਡਾ ਕਿਹੜਾ ਰਿਕਾਰਡ ਹੋਇਆ ਸੀ ਸਭ ਤੋਂ ਪਹਿਲਾਂ ਵੈਸੇ ਮੈਂ ਟਾਈਮ ਸਰ ਮੈਂ 8 ਸਾਲ ਦੀ ਸੀ ਜਦੋਂ ਮੈਂ ਗਾਣਾ ਸ਼ੁਰੂ ਕੀਤਾ ਅੱਛਾ ਤੇ ਮੈਂ ਕਾਫੀ ਧਾਰਮਿਕ ਗਾਇਆ ਪਹਿਲਾਂ ਤੇ ਫਿਰ 2004 ਦੇ ਵਿੱਚ ਮੈਂ ਗਾਇਆ ਸੀ ਬਲਕਾਰ ਭਾਜੀ ਨਾਲ ਜਿੰਦੇ ਕੁੰਡੇ ਜਿਹੜਾ ਮੈਂ ਤੁਹਾਨੂੰ ਸੁਣਾਇਆ ਹੁਣੇ ਤੇ ਫਿਰ ਤੁਹਾਡੀ ਤਾਂ ਹਾਲੇ ਤੱਕ ਪਛਾਣ ਨਹੀਂ ਸੀਗੀ ਸੰਗੀਤ ਮੰਡੀ ਦੇ ਵਿੱਚ ਫਿਰ ਬਲਕਾਰ ਸਿੱਧੂ ਤੱਕ ਤੁਹਾਡੀ ਪਹੁੰਚ ਕਿਵੇਂ ਹੋਈ ਮਗਰ ਅਲੀ ਜੀ ਬਹੁਤ ਹੀ ਪਿਆਰੇ ਸਿੰਗਰ ਨੇ ਸੂਫੀ ਕਲਾਕਾਰ ਨੇ ਮੈਂ ਵੀ ਫੈਨ ਹਾਂ ਉਹਨਾਂ ਦੀ ਅਤੇ ਉਹਨਾਂ ਨੇ ਉਹਨਾਂ ਨੂੰ ਦੱਸਿਆ ਕਿ ਇੱਕ ਕੁੜੀ ਆ ਅੱਛਾ ਗਾ ਲੈਂਦੀ ਆ ਅਤੇ ਫਿਰ ਉਹਨਾਂ ਨੇ ਸਾਨੂੰ ਮੇਰੇ ਪਾਪਾ ਨੂੰ ਅਤੇ ਸਾਨੂੰ ਬੁਲਾ ਲਿਆ ਸੀ ਚਲੇ ਗਏ ਉੱਥੇ ਅਤੇ ਮੈਨੂੰ ਤਾਂ ਯਕੀਨ ਹੀ ਨਹੀਂ ਆ ਰਿਹਾ ਸੀ ਕਿ ਬਲਕਾਰ ਭਾਜੀ ਨਾਲ ਮੈਂ ਗਾਉਣਾ ਅਤੇ ਹਜੇ ਮੈਂ ਜਾ ਕੇ ਮਾਈਕ 'ਤੇ ਗਾਇਆ ਆਪਣੇ ਤੇਜਵੰਤ ਕਿੱਟੂ ਜੀ ਨੇ ਗਵਾਇਆ ਸੀ ਮੈਨੂੰ ਅਤੇ ਜਦੋਂ ਮੈਂ ਗਾਇਆ ਅਤੇ ਮੈਂ ਤਾਂ ਹਜੇ ਡੰਮੀ ਵਾਂਗੂ ਹੀ ਗਾ ਰਹੀ ਸੀ ਅਤੇ ਉਹ ਕਹਿੰਦੇ ਬੇਟਾ ਬਾਹਰ ਆ ਜਾ ਤੇ ਕਹਿੰਦੇ ਤੂੰ ਗਾਤਾ ਕਹਿੰਦੇ ਬਹੁਤ ਅੱਛਾ ਗਾਇਆ ਅੱਛਾ ਜੀ ਹਾਂ ਤੇ ਬਲਕਾਰ ਭਾਜੀ ਨੇ ਵੀ ਮੇਰੇ ਸਿਰ ਤੇ ਹੱਥ ਰੱਖਿਆ ਔਰ ਉਹਨਾਂ ਨੂੰ ਕੋਈ ਪੇਮੈਂਟ ਵਗੈਰਾ ਦੀ ਤਾਂ ਗੱਲ ਹੀ ਨਹੀਂ ਸੀ ਕਿਉਂਕਿ ਮੇਰੇ ਲਈ ਤਾਂ ਬਹੁਤ ਵੱਡੀ ਗੱਲ ਸੀ ਕਿ ਮੈਨੂੰ ਉਹਨਾਂ ਦੇ ਨਾਲ ਮੌਕਾ ਮਿਲ ਰਿਹਾ ਪਰ ਉਹਨਾਂ ਨੇ ਪੈਸੇ ਵੀ ਦਿੱਤੇ ਤੇ ਮੇਰੇ ਸਿਰ ਤੇ ਵੀ ਹੱਥ ਰੱਖਿਆ ਵਾਹ ਤੇ ਕਿਹਾ ਕਿ ਤੂੰ ਬਹੁਤ ਕਾਮਯਾਬ ਹੋਏਗੀ ਕਈ ਗੱਲਾਂ ਮੈਂ ਕਦੇ ਸ਼ੇਅਰ ਨਹੀਂ ਕੀਤੀਆਂ ਉਹ ਤੁਹਾਡੇ ਨਾਲ ਅੱਜ ਕਰਨਾ ਚਾਹੁੰਦੀ ਹਾਂ ਸ਼ੁਰੂ ਵਿੱਚ ਪਾਪਾ ਨੇ ਬਸ ਮੈਨੂੰ ਲੈ ਕੇ ਜਾਣਾ ਸਾਈਕਲ ਤੇ ਕਿਤੇ ਵੀ ਸੌਰੀ ਮੈਂ ਤੁਸੀਂ ਭਾਵਕ ਹੋ ਗਏ ਇਹਨਾਂ ਦੇ ਪਿਤਾ ਜੀ ਦੁਨੀਆਂ ਦੇ ਵਿੱਚ ਨਹੀਂ ਹੈਗੇ ਅਤੇ ਮੈਂ ਸਮਝ ਸਕਦਾ ਕਿਉਂਕਿ ਮੈਂ ਵੀ ਤੁਹਾਡੇ ਵਰਗਾ ਤੁਸੀਂ ਭਾਵਕ ਹੋ ਜਾਂਦੇ ਹੋ ਇਸ ਗੱਲ ਦੇ ਉੱਤੇ ਮੈਂ ਵੀ ਹੋ ਜਾਂਦਾ ਤੁਸੀਂ ਅੱਖਾਂ ਪੂੰਝੋ ਅਤੇ ਸਮਝ ਸਕਦੇ ਤੁਹਾਡੀ ਪੀੜ ਬਹੁਤ ਦਲੇਰ ਹਾਂ ਟਹਿਣਾ ਸਾਹਿਬ ਮੈਂ ਬਹੁਤ ਜ਼ਿਆਦਾ ਦਲੇਰ ਹਾਂ ਪਰ ਕੁਛ ਚੀਜ਼ਾਂ ਇੱਦਾਂ ਨਹੀਂ ਹੁੰਦੀਆਂ ਕਿ ਤੁਹਾਡੀਆਂ ਅੱਖਾਂ 'ਚ ਅਥਰੂ ਆ ਜਾਂਦਾ ਕਿਉਂਕਿ ਪਤਾ ਕਿੱਦਾਂ ਜਦੋਂ ਆਪਾਂ ਉਹ ਗੱਲਾਂ ਕਰਦੇ ਹੁੰਦੇ ਹਾਂ ਨਾ ਤੁਸੀਂ ਉੱਥੇ ਪਹੁੰਚ ਜਾਂਦੇ ਹੋ ਉਸ ਵਕਤ 'ਚ ਉਸ ਟਾਈਮ 'ਚ ਤੁਸੀਂ ਪਹੁੰਚ ਜਾਂਦੇ ਹਾਂ ਅਤੇ ਫਾਦਰ ਸਾਹਿਬ ਨੇ ਮੈਂ ਛੋਟੀ ਜਿਹੀ ਹੁੰਦੀ ਸੀ ਮੈਂ ਕਹਿੰਦਾ ਡੈਡੀ ਨੂੰ ਮੈਂ ਕਹਿੰਦਾ ਨਹੀਂ ਮਤਲਬ ਮੈਂ ਕਹਿੰਦਾ ਨਹੀਂ ਡੈਡੀ ਮੈਂ ਨਹੀਂ ਜਾਣਾ ਮਤਲਬ ਮੈਂ ਨਹੀਂ ਸਾਈਕਲ 'ਤੇ ਜਾਣਾ ਹੈਗਾ ਮੈਨੂੰ ਲੋਕ ਕਹਿਣਗੇ ਨਾ ਡੈਡੀ ਕਹਿੰਦਾ ਪੁੱਤ ਤੇਰੇ ਕੋਲ ਆਪਣੀਆਂ ਚਾਰ ਗੱਡੀਆਂ ਹੋਣਗੀਆਂ ਤੂੰ ਟੈਨਸ਼ਨ ਕਿਉਂ ਲੈਣਾ ਮਤਲਬ ਉਹਨਾਂ ਨੇ ਬਹੁਤ ਜ਼ਿਆਦਾ ਸਪੋਰਟ ਕੀਤਾ ਬੜੇ ਮੇਲੇ ਲਗਾਏ ਅਸੀਂ ਬੜੇ ਮੇਲੇ ਇੱਕ ਵਾਰੀ ਕੁਲਦੀਪ ਮਾਨਕ ਸਾਹਿਬ ਗਾ ਰਹੇ ਸੀ ਅਤੇ ਡੈਡੀ ਮੇਰੇ ਉਹਨਾਂ ਨੂੰ ਜਾ ਕੇ ਡੈਡੀ ਟਾਈਮ ਮੰਗ ਦਿੰਦੇ ਸੀ ਸਟੇਜ 'ਤੇ ਜਾ ਕੇ ਮੇਰੇ ਲਈ ਤੁਸੀਂ ਅਤੇ
ਤੇ ਡੈਡੀ ਨੇ ਉਹਨਾਂ ਨੂੰ ਕਿਹਾ ਕਹਿੰਦੇ ਵੀ ਮੇਰੀ ਬੇਟੀ ਗਾਉਂਦੀ। ਮੇਰੇ ਡੈਡੀ ਨੂੰ ਇੰਨਾ ਜ਼ਿਆਦਾ ਸ਼ੌਂਕ ਸੀ ਨਾ ਕਿ ਕੁਛ ਲੋਕਾਂ ਨੇ ਨਾ ਨਾਮ ਬਣਨ ਤੋਂ ਬਾਅਦ ਮੈਨੂੰ ਬਹੁਤ ਇੱਦਾਂ ਕਹਿਣਾ ਕਿ ਨਹੀਂ ਤੁਸੀਂ ਆਪਣਾ ਕਰੋ ਆਪਣਾ ਬਣਾਓ ਕੁਛ, ਪਰ ਉਹ ਲੋਕ ਇਹ ਨਹੀਂ ਦੇਖਦੇ ਜੀ ਕਿ ਉਹਨਾਂ ਦੇ ਮਾਂ ਬਾਪ ਨੇ ਉਹਨਾਂ ਨੂੰ ਕਿੱਥੋਂ ਸਪੋਰਟ ਕੀਤੀ ਹੁੰਦੀ ਔਰ ਕਿੱਦਾਂ ਕੀਤੀ ਹੁੰਦੀ ਹੈ ਨਾ। ਅਤੇ ਡੈਡੀ ਨੇ ਉਹਨਾਂ ਨੂੰ ਕੁਲਦੀਪ ਮਾਨਕ ਸਾਹਿਬ ਨੂੰ ਕਿਹਾ ਕਹਿੰਦੇ ਵੀ ਮੇਰੀ ਬੇਟੀ ਆ, ਅੱਜ ਨਹੀਂ ਹੈ ਕਿ ਕੁਲਦੀਪ ਮਾਨਕ ਸਾਹਿਬ ਪਰ ਉਹ ਜ਼ਿੰਦਾ ਰਹਿਣਗੇ ਹਮੇਸ਼ਾ। ਕਹਿੰਦੇ ਮੇਰੀ ਬੇਟੀ ਨੇ ਗਾਉਣਾ। ਮੇਲਾ ਪੂਰਾ ਮਤਲਬ ਖਿਲਰ ਚੁੱਕਿਆ ਸੀ, ਬਿਖਰ ਚੁੱਕਿਆ ਸੀ, ਅਤੇ ਉਹ ਕਹਿੰਦੇ ਆਉਣ ਦਿਓ। ਉਹਨਾਂ ਨੇ ਉਹਦੇ ਹੀ ਮਾਈਕ ਛੱਡ ਦਿੱਤਾ ਕੁਲਦੀਪ ਮਾਨਕ ਸਾਹਿਬ ਨੇ। ਅਤੇ ਫਿਰ ਮੈਂ ਗਾਇਆ, ਜਦੋਂ ਮੈਂ ਗਾਇਆ ਨਾ ਜਿਹੜੇ ਲੋਕ ਜਾ ਰਹੇ ਸੀ ਵਾਪਸ ਉਹ ਸਾਰੇ ਮੁੜ ਕੇ ਆ ਗਏ ਉੱਥੇ। ਵਾਹ, ਹਾਂਜੀ। ਅਤੇ ਫਿਰ ਕੁਲਦੀਪ ਮਾਨਕ ਸਾਹਿਬ ਨੇ ਨਾ ਮੈਨੂੰ ਨਾਲੇ ਮੈਨੂੰ ਪਿਆਰ ਕੀਤਾ ਬਹੁਤ ਜ਼ਿਆਦਾ, ਅਤੇ ਮੈਨੂੰ ਉਹਨਾਂ ਨੇ ਨਾਲੇ 500 ਰੁਪਇਆ ਦਿੱਤਾ। ਕਹਿੰਦੇ ਬੇੜੇ ਤੇਰਾ ਗਲਾ ਬਹੁਤ, ਕਹਿੰਦੇ ਬਹੁਤ ਅੱਛਾ ਗਾ ਰਹੀ ਹਾਂ ਤੂੰ, ਕਹਿੰਦੇ ਮੈਂ ਕੋਈ ਹੈਲਪ ਕਰ ਸਕਿਆ ਤਾਂ ਮੈਨੂੰ ਜ਼ਰੂਰ ਦੱਸਣਾ। ਹਾਂ, ਕਹਿੰਦੇ ਪਰ ਤੂੰ ਸਟਾਰ ਬਣੇਗੀ, ਤੂੰ ਸੁਪਰ ਸਟਾਰ ਬਣੇਗੀ, ਤੇਰੀ ਆਵਾਜ਼ ਆ ਜਿਹੜੀ ਲੋਕਾਂ ਤੱਕ ਜਾਏਗੀ। ਉਹਨਾਂ ਦਾ ਆਸ਼ੀਰਵਾਦ ਮੈਨੂੰ ਮਿਲਿਆ। ਵਾਹ, ਤੇ ਇੱਕ ਗਾਣੇ ਦੇ ਬੋਲ ਹੋ ਜਾਣ ਜਿਹੜਾ ਤੁਸੀਂ ਬਹੁਤ ਆਪਦਾ ਮਕਬੂਲ ਮੰਨਦੇ ਆ। ਤੁਹਾਡਾ ਲੋਕਟ ਗਾਣਾ ਬੜਾ ਮਕਬੂਲ ਹੋਇਆ, ਤੁਹਾਡੇ ਸਰਨਾਮੇ ਪਰੀਆਂ ਦੇ ਬੜੇ ਮਸ਼ਹੂਰ ਹੋਏ, ਪਤਾ ਨਹੀਂ ਕਿੰਨੇ ਕੁ ਹੋਏ ਜੀ, ਅਮਨਿੰਦਰ ਮੰਗਾ ਦੇ ਨਾਲ, ਜਸ਼ਨਪ੍ਰੀਤ ਦੇ ਨਾਲ, ਜਸ਼ਨਦੀਪ ਸਿੰਘ, ਉਧਰੋਂ ਸੁਰਜੀਤ ਭੁੱਲਰ ਦੇ ਨਾਲ, ਤੇ ਹੋਰ ਬੜੇ ਕਲਾਕਾਰ ਆ ਜਿਹੜੇ ਹਰਪ੍ਰੀਤ ਮੰਗੜ ਦੇ ਨਾਲ, ਕੋਈ ਐਸਾ ਹੋ ਜੇ ਵੀ ਜਿਹੜਾ ਕਮਾਲ ਕਰ ਜੇ। ਹੋਗੀ ਚਰਚਾ ਵੀ ਸਾਰੇ ਤਾਨੇ ਕੁੜੀਆਂ ਨੇ ਮਾਰੇ, ਚੱਲ ਦੀ ਕਹਾਣੀ ਸਾਡੇ ਪਿਆਰ ਦੀ, ਦੇਖ ਲੈ ਚੰਨਾ ਵੀ ਅੱਜ ਹਰ ਇੱਕ ਥਾਂ, ਸਾਡੇ ਕਾਲਜ ਦੀ ਕੰਧੀ ਉੱਤੇ ਹੋਣੀਆਂ, ਲਿਖਤਾ ਕਿਸੇ ਨੇ ਅੱਜ ਤੇਰਾ ਮੇਰਾ ਨਾਂ, ਸਾਡੇ ਕਾਲਜ ਦੀ ਕੰਧੀ ਉੱਤੇ ਹੋਣੀਆਂ, ਲਿਖਤਾ ਕਿਸੇ ਨੇ ਅੱਜ ਤੇਰਾ ਮੇਰਾ। ਵਾਹ ਪਿਕਾਸੋ ਅੰਦਰ ਬੈਠਾ ਸੀਗਾ, ਉਹ ਅੰਦਰ ਵਿੱਚ ਮੂਰਤਾਂ ਬਣਾ ਕੇ ਆਇਆ, ਪ੍ਰੀਤੀ ਲਵ ਯੂ ਲਿਖੇ ਪਿਆ। ਮੈਂ ਕਿਹਾ ਮਰ ਬਾਹਰ ਨਿਕਲ, ਆਪਣੀ ਕਲਾ ਦਾ ਪ੍ਰਦਰਸ਼ਨ ਬਾਹਰ ਕਰ, ਲੋਕ ਨਹੀਂ ਟਲਦੇ। ਹਾਂਜੀ ਹਾਂਜੀ ਬਿਲਕੁਲ, ਪਰ ਤੁਹਾਡਾ ਗਾਣਾ ਕਮਾਲ ਸੀ। ਜੀ, ਸੋ ਖੈਰ ਆਪਾਂ ਗੱਲ ਕਰ ਰਹੇ ਸੀ ਤੁਹਾਡੇ ਸਫ਼ਰ ਦੀ, ਹੈ ਨਾ। ਹੁਣ ਅੱਗੇ ਵੱਧਦੇ ਹਾਂ, ਚਲੋ ਨਾਂ ਬਣਾ ਲਿਆ, ਸਾਰਾ ਕੁਝ ਹੋ ਗਿਆ, ਪਰ ਫਿਰ ਵੀ ਇੱਕ ਕੁੜੀ ਹੋਣ ਦੇ ਨਾਤੇ ਸੰਨਤ ਦੇ ਵਿੱਚ ਵਿਚਰਨਾ ਬਹੁਤ ਔਖਾ ਹੈ। ਚਾਹੇ ਜਿਹੜੀ ਮਰਜ਼ੀ ਬੁਲੰਦੀ ਦੇ ਉੱਪਰ ਨਾ ਪਹੁੰਚ ਜਾਵੇ, ਫਿਰ ਵੀ ਬਹੁਤ ਸਾਰੀਆਂ ਚੁਣੌਤੀਆਂ ਤਾਂ ਅੱਗੇ ਆਉਂਦੀਆਂ ਜੀ। ਸੋ ਕਿੰਨਾ ਕੁ ਔਖਾ ਸੀ ਤੁਹਾਡੇ ਲਈ ਵੀ? ਔਖਾ ਸੀ ਜੀ, ਪਰ ਇੱਕ ਜਿਹੜਾ ਕਹਿੰਦੇ ਹੁੰਦੇ ਆ ਕਿ ਮਾਲਕ ਸੱਚੇ ਪਾਤਸ਼ਾਹ ਦਾ ਸ਼ੁਕਰ ਆ, ਕਿਉਂਕਿ ਹਰ ਵਕਤ ਸਾਡੇ ਨਾਲ ਜਿਹੜਾ ਆਸ਼ੀਰਵਾਦ ਹੌਸਲਾ ਔਰ ਬਾਕੀ ਜਿਹੜੇ ਪੇਰੈਂਟਸ ਦੇ ਆਸ਼ੀਰਵਾਦ ਹੁੰਦੇ ਉਹ ਤੁਹਾਡੇ ਨਾਲ ਹੁੰਦੇ ਆ, ਸਟਰੋਂਗ ਬਣ ਜਾਂਦਾ ਬੰਦਾ, ਸੱਟਾ ਖਾ ਖਾ ਠੋਕਰਾਂ ਖਾ ਖਾ ਕੇ ਫਿਰ ਫਰਕ ਨਹੀਂ ਪੈਂਦਾ, ਫਿਰ ਇੱਦਾਂ ਦਾ ਕੋਈ ਨਹੀਂ, ਕਿਉਂਕਿ ਕਲਾਕਾਰ ਰੱਬ ਦੇ ਬਹੁਤ ਜ਼ਿਆਦਾ ਕਰੀਬ ਹੁੰਦਾ, ਗਵਈਆ ਜਿਹੜਾ ਰੱਬ ਦੇ ਬਹੁਤ ਨਜ਼ਦੀਕ ਹੁੰਦਾ, ਰੂਹ ਵੀ ਐਸੀ ਬਣ ਜਾਂਦੀ ਵੀ ਕੋਈ ਗੱਲ ਨਹੀਂ ਠੀਕ ਆ ਜੇ ਕੋਈ ਕਹਿੰਦਾ। ਹਾਂ, ਪਰ ਉਹ ਰੱਬ ਰੱਬ 'ਚ ਵੀ ਫਰਕ ਹੁੰਦਾ ਨਾ ਅੱਜ ਕੱਲ੍ਹ, ਜਿਹੜਾ ਬੰਦਾ ਅੰਦਰੋਂ ਕੋਮਲ ਹੋਵੇ ਉਹ ਹੀ ਆ, ਜਿਹੜਾ ਡਾਂਗ ਤੇ ਡੇਰਾ ਰੱਖਦਾ ਹੋਵੇ ਉਹ ਥੋੜ੍ਹੀ ਕੋਮਲ ਹੁੰਦਾ। ਬਿਲਕੁਲ ਬਿਲਕੁਲ, ਮੈਂ ਸੈਂਸਿਟਿਵ ਬਹੁਤ ਜ਼ਿਆਦਾ, ਜਿਹੜਾ ਕਹਿੰਦਾ ਹੋਵੇ ਰਾਤ ਨੂੰ ਫੈਰ ਕਰਕੇ ਸੋਈਦਾ ਤੇ ਚਾਹ ਪੀਣ ਤੋਂ ਪਹਿਲਾਂ ਤੜਕੇ ਫੇਰ ਪੈਰ ਕਰ ਦਈਦੇ ਆ। ਹਾਂਜੀ ਬਿਲਕੁਲ, ਉਹਨਾਂ ਦੇ ਰੱਬ ਕਿੱਥੇ ਨੇੜੇ ਆਉਂਦਾ ਹੁਣ। ਬਿਲਕੁਲ ਸਹੀ ਗੱਲ, ਆਪਾਂ ਵਕਫਾ ਲੈਨੇ ਫਿਰ ਅਗਲੀ ਗੱਲ। ਹਾਂਜੀ, ਜੱਜ ਦਾ ਵਿਚਾਰ ਪ੍ਰਾਈਮੇਸ਼ਿਆ ਟੀਵੀ ਤੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਚਾਹੀਦਾ ਵਿਚਾਰ ਵੇਖ ਰਹੇ ਹੋ ਤੁਸੀਂ, ਮੈਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟੈਣਾ ਤੇ ਸਾਡੇ ਦੋਵਾਂ ਨਾਲ ਮੌਜੂਦ ਨੇ ਪ੍ਰਵੀਨ ਪਾਟਾ ਜੀ। ਸੋ ਹੁਣ ਗੱਲਾਂ ਬਾਤਾਂ ਅੱਗੇ ਵਧਾਉਂਦੇ ਹਾਂ। ਜਦੋਂ ਤੁਹਾਡਾ ਨਾਂ ਪੂਰਾ ਚੱਲ ਪਿਆ, ਉਤੀ ਤੁਹਾਡੀ ਬੋਲਣ ਲੱਗ ਪਈ, ਫਿਰ ਤਾਂ ਤੁਹਾਡੇ ਕੋਲੇ ਬਹੁਤ ਸਾਰੀਆਂ ਰਿਕਾਰਡਿੰਗਾਂ ਦੀਆਂ ਪੇਸ਼ਕਸ਼ਾਂ ਆਉਂਦੀਆਂ ਸੀ, ਉਦੋਂ ਵਿੱਚੋਂ ਚੁਣਦੇ ਵੀ ਹੁੰਦੇ ਸੀ ਵੀ ਮੈਂ ਤਾਂ ਆਹ ਗਾਣੇ ਕਰਨੇ ਤੇ ਆਹ ਮੈਂ ਬਿਲਕੁਲ ਨਹੀਂ ਕਰਨੇ, ਕਿਉਂਕਿ ਕਈ ਕਲਾਕਾਰਾਂ ਦੇ ਉੱਤੇ, ਕਈ ਕੁੜੀਆਂ ਦੇ ਉੱਤੇ ਦੋਸ਼ ਲੱਗਦੇ ਆ ਵੀ ਟਰਾਲੀ ਆ ਗਈ ਉਹਦੇ 'ਤੇ ਗਾਣਾ ਚੱਕਤਾ, ਝੋਨਾ ਆਇਆ ਉਹਦੇ 'ਤੇ ਚੱਕਤਾ, ਪਰਾਲੀ ਆਈ ਉਹਦੇ 'ਤੇ ਚੱਕਤਾ, ਉਹ ਲੱਗੀਆਂ ਹੀ ਰਹੀਆਂ। ਚਲੋ ਉਹਨਾਂ ਦੀ ਮਰਜ਼ੀ ਆ, ਪਰ ਉਹ ਚੇਤੇ ਰੱਖਣ ਯੋਗ ਗਾਣੇ ਨਹੀਂ ਸੀ। ਹਾਂਜੀ, ਤੁਹਾਡੇ ਕੋਲ ਵੀ ਇੱਦਾਂ ਦੀਆਂ ਪੇਸ਼ਕਸ਼ਾਂ ਬਹੁਤ ਆਉਂਦੀਆਂ ਸੀ? ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਅੱਛਾ, ਹਾਂਜੀ, ਆ ਪਰਾਲੀ 5, ਬਿਲਕੁਲ ਬਿਲਕੁਲ, ਨਾੜ 7, ਇੱਦਾਂ ਦੇ ਬਹੁਤ ਆਫਰ ਆਏ ਮੈਨੂੰ। ਤੁਹਾਨੂੰ ਇੱਕ ਵਾਰੀ ਦੱਸਾਂ, ਮੈਂ ਗਾਣੇ ਦਾ ਨਾਮ ਨਹੀਂ ਲੈਣਾ ਤੁਹਾਡੇ ਕੋਲ, ਔਰ ਸ਼ੁਕਰ ਆ ਤੁਸੀਂ ਸੁਣਿਆ ਵੀ ਨਹੀਂ, ਕਿਉਂ ਮੈਨੂੰ ਪਤਾ ਹੀ ਨਹੀਂ ਸੀ। ਜਿਹੜੇ ਮੇਰੇ ਬੋਲ ਸੀਗੇ ਉਹ ਅੱਛੇ ਸੀ, ਸਾਫ਼ ਸੁਥਰੇ ਸੀ, ਜਿਹੜਾ ਨਾਲ ਦਾ ਸਿੰਗਰ ਸੀ ਮੇਲ ਸਿੰਗਰ ਉਹਦੇ ਕੁਛ ਹੋਰ ਸੀਗੇ। ਅੱਛਾ, ਤੇ ਗਾਣ ਤੋਂ ਬਾਅਦ ਫਿਰ ਐਂ ਹੋ ਗਿਆ ਕਿ ਨਹੀਂ ਅੱਗੇ ਤੋਂ ਮੈਟਰ ਜਿਹੜਾ ਉਹ ਚੈੱਕ ਕਰਨਾ। ਅੱਛਾ, ਫਿਰ ਗਾਉਣਾ। ਉਹ ਗਾਣਾ ਗਾ ਦਿੱਤਾ ਸੀ ਤੁਸੀਂ? ਗਾ ਦਿੱਤਾ ਸੀ, ਪਰ ਰਿਲੀਜ਼ ਹੋ ਗਿਆ ਸੀ। ਹੋ ਗਿਆ ਸੀ, ਪਰ ਉਹਦਾ ਨਾਮ ਨਾ ਪੁੱਛਿਓ। ਨਹੀਂ ਪੁੱਛਦਾ ਜੀ, ਚਲੋ ਜਿਹੜੀ ਚੀਜ਼ ਦਾ ਨਹੀਂ ਪਤਾ ਪਤਾ ਲਾਉਣੀ ਕਿਉਂ। ਸੱਚ ਸੱਚ ਸੱਚੀ ਗੱਲ ਆ ਇਹ,
ਕਿਉਂਕਿ ਮੈਟਰ ਜਿਹੜਾ ਸਿੰਗਰ ਨੂੰ ਦੇਖਣਾ ਜ਼ਰੂਰੀ ਆ ਹਾਂਜੀ ਤੇ ਹੁਣ ਤਾਂ ਅਸੀਂ ਬਹੁਤ ਜ਼ਿਆਦਾ ਬਹੁਤ ਜਿਹੋ ਜਿਹਾ ਗਾਣਾ ਚੱਲ ਪਏ ਉਹੋ ਜਿਹੇ ਗੀਤਕਾਰ ਬਹੁਤੇ ਗੀਤ ਦੇ ਕੇ ਜਾਂਦੇ ਤੁਹਾਨੂੰ ਹਾਂਜੀ ਉਹ ਕਹਿੰਦੇ ਵੀ ਤੁਹਾਡਾ ਆਹ ਚੱਲਿਆ ਨਾ ਵੀ ਬੰਦਾ ਮਾਰ ਦੂ ਕਹਿੰਦਾ ਵੀ ਆਪਾਂ ਰਾਤ ਹੀ ਮਾਰਿਆ ਆਹ ਲਓ ਫਲਾਣੇ ਨੂੰ ਪਰ ਮੈਂ ਛੱਡ ਪਰਾ ਯਾਰ ਤੂੰ ਗਾ ਲਾ ਏਦਾਂ ਵੀ ਹੁੰਦਾ ਤੇਰੇ ਮੂੰਹ ਤੇ ਜੱਚਦਾ ਉਹ ਕਹਿੰਦਾ ਮੈਂ ਮਿਹਨਤ ਕਰਾਂ ਨਹੀਂ ਉਹਨੂੰ ਹੀ ਦੇ ਲੈ ਕਹਿੰਦਾ ਪਿਛਲੇ ਪਾਸੇ ਐਡੀ ਕੁ ਫੋਟੋ ਲਾ ਦਿੰਦੇ ਸੀਗੇ ਤੇ ਬਸ ਫਿਰ ਇੰਨੇ ਦੇ ਵਿੱਚ ਹੀ ਸਬਰ ਕਰਨਾ ਪੈਂਦਾ ਸੀ ਨਹੀਂ ਮੈਂ ਤਾਂ ਸ਼ੁਕਰ ਕਰਦੀ ਹਾਂ ਜੀ ਮਾਲਕ ਦਾ ਮੈਂ ਤਾਂ ਸੋਚਿਆ ਹੀ ਨਹੀਂ ਸੀ ਕਦੇ ਕਿ ਇੰਨਾ ਕੁਛ ਮਿਲ ਸਕਦਾ ਆ ਔਰ ਸਹੀ ਆ ਮਤਲਬ ਐ ਵੀ ਨਹੀਂ ਕਹਿੰਦੀ ਕਿ ਮੈਂ ਬਹੁਤ ਕਮਾ ਲਏ ਪੈਸੇ ਪਰ ਮੇਰਾ ਗੁਜ਼ਾਰਾ ਅੱਛਾ ਹੋ ਰਿਹਾ ਔਰ ਅੱਛਾ ਰਿਹਾ ਕਿੰਨੇ ਗਾਣੇ ਕੁੱਲ ਤੁਹਾਡੇ ਦੁਗਾਣੇ ਆ ਜਿਹੜੇ ਉਹ ਜਾਰੀ ਹੋਏ ਹੋਣਗੇ ਰਿਲੀਜ਼ ਹੋਏ ਹੋਣਗੇ ਮੈਨੂੰ ਆਈਡੀਆ ਨਹੀਂ ਹੈਗਾ ਅੰਦਾਜ਼ਾ ਸੈਂਕੜਿਆਂ 'ਚ ਦਰਜਨਾਂ 'ਚ ਹਜ਼ਾਰਾਂ 'ਚ ਹਜ਼ਾਰਾਂ 'ਚ ਹੋਏਗਾ ਅੱਛਾ ਮੈਨੂੰ ਬਸ ਤੂੰ ਵੀ ਮਾਰ ਆ ਬਸ ਥੋੜੀ ਅਸੀਂ ਟ੍ਰੇਨਿੰਗ ਦਵਾ ਰਹੇ ਆ ਡਾਣਾ ਸਾਹਿਬ ਨੂੰ ਤੂੰ ਵੀ ਫਿਰ ਅਸੀਂ ਗਾਇਆ ਕਰਾਂਗੇ ਉਹ ਆਉਣ ਦਿਓ ਹੋਰ ਸ਼ਿਕੀ ਨੀਲਾਈ ਸੋਹਣਿਓ ਕਿੱਥੇ ਦਿਓਰੀ ਹਾਏ ਅਸੀਂ ਚੱਲੇ ਆ ਮੇਲੇ ਤੈਨੂੰ ਕੀ ਬਿਮਾਰੀ ਮੇਲੇ ਜਾਂਦੇ ਕੁੜੀਏ ਨੀ ਲੈ ਜਾ ਮੇਲੇ ਨੂੰ ਨਾਲ ਓ ਰਾਤ ਰਾਤਿਆ ਸਾਡਾ ਕਰੀ ਸੋਚ ਕੇ ਸਵਾਲ ਮੇਲੇ ਜਾਂਦੇ ਕੁੜੀਏ ਨੀ ਲੈ ਜਾ ਮੇਲੇ ਨੂੰ ਨਾਲ ਓ ਰਾਤ ਰਾਤਿਆ ਸਾਡਾ ਕਰੀ ਸੋਚ ਕੇ ਸਵਾਲ ਦੁਨੀਆ ਦੇ ਵਿੱਚ ਟੌਰ ਬਣਾਉਂਦਾ ਖੁਦ ਹੀ ਨਾ ਮਿਟ ਜਾਵੀਂ ਵੇ ਮੈਨੂੰ ਫਿਰ ਬੁਲਾਉਣ ਤੋਂ ਪਹਿਲਾਂ ਸ਼ੀਸ਼ਾ ਤੱਕ ਕੇ ਆਵੀਂ ਵੇ ਮੈਨੂੰ ਫਿਰ ਬੁਲਾਉਣ ਤੋਂ ਪਹਿਲਾਂ ਸ਼ੀਸ਼ਾ ਤੱਕ ਕੇ ਆਵੀਂ ਵੇ ਇਹਨਾਂ ਔਰਾ ਨਾ ਬੋਲ ਸੀਨੇ ਅੱਗ ਦੇ ਨਾ ਬਾਲ ਔਰਾ ਤੇਰਾ ਤਿਆ ਸਾਡਾ ਕਰੀ ਸੋਚ ਕੇ ਸਵਾਲ ਵਾਹ ਕੀ ਬਾਤ ਕਮਾਲ ਕਰ ਦਿੱਤੀ ਇਹ ਬਿਮਾਰੀ ਜਿੰਨੀ ਸੁਰ ਚ ਆਈ ਆ ਨਾ ਡਾਕਟਰ ਸਾਹਿਬ ਕਦੇ ਨਹੀਂ ਸੁਣੀ ਸੀ ਪਹਿਲਾਂ ਤੇ ਤੈਨੂੰ ਕੀ ਬਿਮਾਰੀ ਆ ਸੱਚੀ ਹਾਏ ਰੱਬਾ ਐਦਾਂ ਤਾਂ ਇਲਾਜ ਵੀ ਮਿੰਟੋ ਮਿੰਟੀ ਹੋ ਜੂ ਬਿਲਕੁਲ ਇਹ ਸੁਰਾਂ ਵਾਲੀ ਬਿਮਾਰੀ ਲੱਗ ਰਹੀ ਸੀ ਬਹੁਤ ਖੂਬ ਬਹੁਤ ਚੰਗਾ ਲੱਗਾ ਸੁਰਜੀਤ ਭੁੱਲਰ ਬਾਈ ਜੀ ਵੀ ਬਹੁਤ ਚੰਗੇ ਇਨਸਾਨ ਆ ਜੀ ਤੇ ਉਹਨਾਂ ਦੇ ਨਾਲ ਤੁਹਾਡਾ ਇਹ ਗਾਣਾ ਵੀ ਬੜਾ ਮਕਬੂਲ ਹੋਇਆ ਸੀਗਾ ਅੱਜ ਵੀ ਲੋਕ ਫੋਨ ਕਰਦੇ ਆ ਅੱਜ ਵੀ ਫੋਨ ਕਰਦੇ ਆ ਲੋਕ ਉਹਨਾਂ ਗਾਣਿਆਂ ਲਈ ਅੱਜ ਵੀ ਫੋਨ ਆਉਂਦੇ ਆ ਕਿ ਸਾਨੂੰ ਸੁਣਾ ਦਿਓ ਬਹੁਤ ਅੱਛੀ ਟੇਪ ਸੀ ਅੱਜ ਵੀ ਟਰੈਕਟਰਾਂ ਤੇ ਸੁਣਦੇ ਆ ਲੋਕ ਲੌਕਟ ਹੋਈ ਔਰ ਟੌਰਸ਼ਕੀਨੀ ਅੱਜ ਵੀ ਸੁਣਦੇ ਆ ਲੋਕ ਹਾਂਜੀ ਮਨਿੰਦਰ ਮੰਗੇ ਦੇ ਨਾਲ ਵੀ ਤੁਹਾਡੀਆਂ ਕੈਸਟਾਂ ਆਈਆਂ ਹਾਂਜੀ ਮਨਿੰਦਰ ਮੰਗਾ ਦੁਨੀਆ ਦੇ ਉੱਤੇ ਨਹੀਂ ਆ ਕੋਈ ਇਹੋ ਜਿਹੀ ਯਾਦ ਹੈ ਜਿਹੜੀ ਕਿ ਸੱਲ ਪਾ ਦਿੰਦੀ ਹੋਵੇ ਜਾਂ ਕੋਈ ਇਹੋ ਜਿਹੀ ਕਦੇ ਭੁੱਲ ਨਾ ਸਕੋ ਯਾਦਾਂ ਤਾਂ ਬਹੁਤ ਜੁੜੀਆਂ ਹੋਈਆਂ ਪਰ ਕੋਈ ਐਸੀ ਖਾਸ ਯਾਦ ਨਹੀਂ ਹੈਗੀ ਪਰ ਮਨਿੰਦਰ ਮੰਗਾ ਬਹੁਤ ਅੱਛਾ ਇਨਸਾਨ ਸੀ ਮੈਂ ਸਟੇਜਾਂ ਵੀ ਲਾਈਆਂ ਉਹਨਾਂ ਦੇ ਨਾਲ ਮੈਂ ਜ਼ਿਆਦਾ ਸਟੇਜਾਂ ਨਹੀਂ ਲਗਾਉਂਦੀ ਲਾਈਵ ਪਰ ਉਹਨਾਂ ਦੇ ਨਾਲ ਅਸੀਂ ਸਟੇਜਾਂ ਵੀ ਲਗਾਈਆਂ ਬਹੁਤ ਮਤਲਬ ਬਹੁਤ ਹੀ ਅੱਛਾ ਨੇਚਰ ਸੀ ਹਾਂ ਬਹੁਤ ਜ਼ਿਆਦਾ ਵਧੀਆ ਸੁਭਾਅ ਸੀ ਔਰ ਸਿੰਗਰ ਵੀ ਬਹੁਤ ਕਮਾਲ ਸੀ ਸਟੇਜ ਪਰਫਾਰਮਰ ਬਹੁਤ ਅੱਛਾ ਸੀ ਬਹੁਤ ਜ਼ਿਆਦਾ ਵਧੀਆ ਸੀ ਕਾਤੋਂ ਹਟ ਗਈ ਪੜ੍ਹਾਈਆਂ ਕਰਨੋਂ ਤੇ ਬੇਬੇ ਕਹਿੰਦੀ ਚਾਦਰਾਂ ਕੱਢ ਘਰੇ ਬਹਿ ਕੇ ਤੁਸੀਂ ਗਾਇਆ ਸੀ ਉਸ਼ਦੇਸ਼ ਭੈਣ ਜੀ ਨੇ ਗਾਇਆ ਅੱਛਾ ਹਾਂਜੀ ਉਸ਼ਦੇਸ਼ ਭੈਣ ਜੀ ਨੇ ਉਹ ਗੱਡੀ ਤੇ ਨਾਂ ਲਿਖਵਾਤਾ ਸੀਗਾ ਜਿਹੜਾ ਉਹ ਸੁਮਨ ਪੱਟੀ ਨੇ ਗਾਇਆ ਅੱਛਾ ਮੈਨੂੰ ਕਹਿ ਦਿੰਦੇ ਆ ਲੋਕ ਕਈ ਵੇਲੇ ਮੈਨੂੰ ਕਹਿ ਦਿੰਦੇ ਆ ਜੀ ਉਹ ਤੁਹਾਡਾ ਗਾਣਾ ਬਹੁਤ ਵਧੀਆ ਹੈ ਜੀ ਮੇਰੀ ਜਿੰਦ ਨੂੰ ਪਵਾੜੇ ਪਾਉਣ ਵਾਲਿਆ ਕਾ ਤੋ ਗੱਡੀ ਉੱਤੇ ਲਿਖਵਾਇਆ ਮੇਰਾ ਨਾਮ ਹਾਂ ਜਿਪਸੀ ਪਰ ਮੈਂ ਸਾਫ਼ ਕਹਿ ਦਿੰਦੀ ਕਿ ਨਹੀਂ ਮੇਰਾ ਨਹੀਂ ਉਹ ਸੁਮਨ ਪੱਟੀ ਬਹੁਤ ਪਿਆਰਾ ਗਾਉਂਦੀ ਆ ਉਹਦਾ ਗਾਣਾ ਉਹਨੇ ਗਾਇਆ ਬਹੁਤ ਅੱਛਾ ਵਾਹ ਕਮਾਲ ਬਾਤ ਹੈ ਜੀ ਤੇ ਆਪਾਂ ਗੱਲ ਕਰ ਰਹੇ ਸੀ ਤੁਹਾਡੀ ਗਾਇਕੀ ਦੀ ਹੈ ਨਾ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਬਚਪਨ 'ਚ ਗਾਣਾ ਪ੍ਰੋਫੈਸ਼ਨਲ ਤੌਰ 'ਤੇ ਗਾਉਣਾ ਦੋਵਾਂ 'ਚ ਫਰਕ ਹੁੰਦਾ ਹੈ ਅਤੇ ਫਿਰ ਜਦੋਂ ਪ੍ਰੋਫੈਸ਼ਨਲੀ ਗਾਉਣ ਲੱਗੇ ਤਾਂ ਕਿਸੇ ਤੋਂ ਸਿੱਖਿਆ ਵੀ ਹੋਏਗਾ ਕਿਸੇ ਤੋਂ ਸਿੱਖਿਆ ਹਾਸਲ ਕੀਤੀ ਹੋਏਗੀ ਕੌਣ ਨੇ ਉਹ ਜਿਨ੍ਹਾਂ ਤੋਂ ਤੁਸੀਂ ਬਿਲਕੁਲ ਜੀ ਜਿਨ੍ਹਾਂ ਦੇ ਨਾਲ ਮੈਂ ਰਸਮ ਕੀਤੀ ਹੋਈ ਹੈ ਮੇਰੇ ਉਸਤਾਦ ਐਮ ਐਸ ਗਰਚਾ ਸਾਹਿਬ ਮਤਲਬ 8-9 ਸਾਲ ਦੀ ਨੇ ਜਿਨ੍ਹਾਂ ਤੋਂ ਗਾਣਾ ਮੈਂ ਸਿੱਖਣਾ ਸ਼ੁਰੂ ਕੀਤਾ
ਉਹ ਮੇਰੇ ਰਸਮੀ ਤੌਰ 'ਤੇ ਮੇਰੇ ਉਸਤਾਦ ਹਨ MS ਗਰਚਾ ਸਾਹਿਬ। ਵੈਸੇ ਮੈਨੂੰ ਜਿੱਥੋਂ ਵੀ ਸਿੱਖਣ ਦਾ ਮੌਕਾ ਮਿਲਦਾ, ਔਰ ਮੈਂ ਜ਼ਿਕਰ ਕਰਨਾ ਚਾਹੁੰਦੀ ਹਾਂ ਹਰਮੇਸ਼ ਲਾਲ ਮੇਸ਼ੀ ਜੀ, ਉਹ ਇਸ ਵੇਲੇ ਹੈ ਨਹੀਂ ਗੇ ਦੁਨੀਆ 'ਚ, ਉਹ ਮੇਰੇ ਅੰਕਲ, ਉਹਨਾਂ ਨੇ ਬਹੁਤ ਜ਼ਿਆਦਾ ਮਤਲਬ ਮੈਨੂੰ ਕਦੀ ਕੋਈ ਗਜ਼ਲ ਤਿਆਰ ਕਰਵਾ ਦੇਣੀ, ਉਹ ਪਾਕਿਸਤਾਨੀ ਬਹੁਤ ਸੁਣਦੇ ਸੀ ਅਤੇ ਹੱਥ ਵੀ ਉਹਨਾਂ ਦਾ ਬੜਾ ਤਿਆਰ ਸੀ, ਅਤੇ ਫਿਰ ਉਹਨਾਂ ਨੇ ਕੋਈ ਗਾਣਾ ਪਾਕਿਸਤਾਨੀ ਮੈਨੂੰ ਕਢਵਾ ਦੇਣਾ, ਕੋਈ ਗਜ਼ਲ ਕਰਵਾ ਦੇਣੀ। ਅਤੇ ਵੈਸੇ ਆਪਣੇ ਸ਼ੌਕਤ ਅਲੀ ਦੀਵਾਨਾ ਜੀ, ਉਹ ਵੀ ਸਾਡੇ ਫੈਮਿਲੀ ਮੈਂਬਰ ਨੇ ਇੱਕ ਤਰ੍ਹਾਂ ਦੇ ਅੰਕਲ ਜੀ, ਉਹਨਾਂ ਤੋਂ ਵੀ ਬਹੁਤ ਕੁਛ ਸਿੱਖਣ ਦਾ ਮੌਕਾ ਮਿਲਦਾ, ਔਰ ਹੀਰਾ ਜੀ ਖਰੜ ਤੋਂ, ਉਹਨਾਂ ਤੋਂ ਵੀ ਮਤਲਬ ਮੈਨੂੰ ਜਿੱਥੇ ਵੀ ਸਿੱਖਣ ਦਾ, ਮੇਰੇ ਦਿਲ 'ਚ ਤਲਬ ਆ ਜੀ ਸਿੱਖਣ ਦੀ। ਹਾਂਜੀ, ਹੁਣ ਵੀ ਮੈਨੂੰ ਜਿੱਥੇ ਵੀ ਸਿੱਖਣਾ ਮਿਲਦਾ ਮੈਂ ਸਿੱਖਦੀ ਹਾਂ, ਔਰ ਇਨਸਾਨ ਸਾਰੀ ਜ਼ਿੰਦਗੀ ਸਿੱਖਦਾ। ਵਾਹ, ਹਾਂਜੀ। ਤੁਹਾਡੇ ਕੋਲ ਵੀ ਆਉਂਦੇ ਆ ਇਹੋ ਜਿਹੇ ਗੀਤਕਾਰਾਂ ਦੇ ਗੀਤ, ਵੀ ਭਾਈ ਆਹ ਮੈਂ ਲਿਖਿਆ ਨਵਾਂ, ਆਹ ਵਢਾਂਗਾ ਕਰ ਦਿਆਂਗੇ, ਫੱਟੇ ਹੀ ਚੱਕ ਦਿਆਂਗੇ, ਯਾਰ ਤੇਰਾ ਬੰਬ ਬੁਲਾ ਦਿੰਦਾ ਹੁੰਦਾ, ਗ੍ਰਨੇਡ ਸੁੱਟ ਹੀ ਦਿੰਦਾ ਹੁੰਦਾ ਸਹੇਲੀ ਦੇ ਘਰੇ, ਕੋਈ ਇਹੋ ਜਿਹੇ ਗਾਣੇ ਆਉਂਦੇ ਤੁਹਾਡੇ ਕੋਲ? ਆਇਆ ਸੀ ਇੱਕ, ਥੋੜੇ ਜਿਹੇ ਟਾਈਮ ਦੀ ਗੱਲ ਆ, ਲੋਕਡਾਊਨ ਤੋਂ ਪਹਿਲਾਂ ਦੀ ਗੱਲ ਆ, ਇੱਕ ਗਾਣਾ ਆਇਆ ਸੀ ਇਦਾਂ ਦਾ। ਅੱਛਾ, ਫਿਰ ਮੈਂ ਹਾਥੀ ਜੋੜ, ਤੁਸੀਂ ਤਾਂ ਪੂਰਾ ਜਗਾ ਹੋਗੇ ਹਨਾ, ਉਹ ਵੀ ਮਾਰੂੰਗੀ ਮੈਂ ਤੇਰੇ ਕਿਰਪਾ ਨਿਵੇ, ਕੱਢ ਦੂੰਗੀ ਤੇਰੀ ਤਮਜਾ ਨਿਵੇ, ਨਹੀਂ ਮੈਨੂੰ ਕਹਿਣ ਦੀ ਲੋੜ ਹੀ ਨਹੀਂ ਪਈ, ਕਿਉਂਕਿ ਹਸਬੈਂਡ ਨੇ ਦੇਖਦੇ ਆ, ਹਸਬੈਂਡ ਪਹਿਲੇ ਕਹਿੰਦੇ ਨਹੀਂ ਇਹ ਨਹੀਂ ਗਾਣਾ। ਉਦੋਂ ਕਦੇ ਮਨ 'ਚ ਵਿਚਾਰ ਨਹੀਂ ਆਉਂਦੇ, ਪਹਿਲਾਂ ਜੀ ਕਰਦਾ ਨਾ, ਪਹਿਲਾਂ ਹੱਸ ਜਿਹਾ ਲਈਏ ਨਾ, ਖੁੱਲ ਕੇ ਜੇ ਨਾ ਫਿਰ ਗੱਲ ਕਰਦੇ। ਅੱਛਾ ਟੈਨਾ ਸਾਹਿਬ ਨਾ, ਮਤਲਬ ਜਦੋਂ ਮੈਂ ਤੁਹਾਡੀ ਸ਼ੋਅ ਦੇਖਦੀ ਹੁੰਦੀ ਸੀ, ਮੈਨੂੰ ਇੱਦਾਂ ਲੱਗਦਾ ਸੀ ਵੀ ਮੈਂ ਹਾਏ, ਮੈਨੂੰ ਬਹੁਤ ਤੱਬਾ ਜਿਹਾ ਬੰਦਾ, ਬਿਲਕੁਲ ਕੱਬੇ ਲੱਗਦੇ ਸੀ ਤੁਸੀਂ ਬਹੁਤ। ਹਾਂ ਨਹੀਂ, ਸਾਫ਼ ਗੱਲ ਆ, ਮੈਂ ਮੇਰੇ ਕੋਲ ਕੋਈ ਟੇਢੀ ਮਿੱਟੀ, ਪਰ ਤੁਸੀਂ ਤਾਂ ਤੁਹਾਡਾ ਨੇਚਰ ਤਾਂ ਮੈਂ ਕਹਿੰਦੀ ਬਹੁਤ ਅੱਛੇ ਆ ਤੁਸੀਂ, ਆ ਤੁਹਾਡਾ ਸੁਭਾਅ ਦੇਖ ਕੇ ਮੈਂ ਕਹਿੰਦੀ ਸੱਚੀ ਮੈਂ ਬਹੁਤ ਜ਼ਿਆਦਾ ਨਰਵਸ ਸੀਗੀ। ਅੱਛਾ, ਹਾਂ ਮੈਂ ਕਿਹਾ ਵੀ ਪਤਾ ਨਹੀਂ ਕੀ ਪੁੱਛਣਗੇ ਮੈਨੂੰ। ਨਹੀਂ ਭੈਣ ਜੀ, ਹੋਰਾਂ ਨੇ ਤਾਂ ਚੱਜ ਦੇ ਵਿਚਾਰ ਦਾ ਨਾਂ ਵੀ ਬਦਲਣ ਬਾਰੇ ਸੋਚ ਲਿਆ ਸੀ, ਜੱਜ ਦਾ ਵਿਚਾਰ। ਅੱਛਾ, ਸੱਚੀ ਕਿੱਦਾਂ ਇਹਦੇ ਵਿੱਚ ਕਿਹੜਾ ਕਰਕੇ, ਜਿੱਦਾਂ ਕਿਸੇ ਨੂੰ ਪੁੱਛਦੇ ਨੇ ਆਹ ਕਿਵੇਂ ਹੋਇਆ, ਇਹ ਕਿੱਦਾਂ ਹੋਇਆ, ਮੈਨੂੰ ਇੱਦਾਂ ਲੱਗ ਰਿਹਾ ਸੀ ਮੈਨੂੰ ਇੱਦਾਂ ਪੁੱਛਣਗੇ। ਸੋਲੋ ਗਾਇਕੀ ਜਿਹੜੀ ਇਕਹਿਰੀ ਗਾਇਕੀ, ਤੁਸੀਂ ਉਹਦੇ ਵਿੱਚ ਵੀ ਸਰਗਰਮੀ ਨਾਲ ਵਿਚਰਨਾ ਪਸੰਦ ਕੀਤਾ ਕਿ ਨਹੀਂ ਕਦੇ? ਵੈਸੇ ਤੁਹਾਨੂੰ ਸੱਚੀ ਦੱਸਾਂ, ਮੈਨੂੰ ਡਿਊਟ ਪਸੰਦ ਹੀ ਨਹੀਂ ਸੀ। ਅੱਛਾ, ਮਾਫ਼ ਕਰਨਾ, ਡਿਊਟ ਕੋਈ ਮਤਲਬ ਮੈਨੂੰ ਆਪਣਾ ਗਾਣਾ ਜਿੱਦਾਂ ਮਹਿਫਲੀ ਮੈਂ ਬੈਠ ਕੇ, ਪਹਿਲਾਂ ਤੋਂ ਮੈਂ ਹਾਰਮੋਨੀਅਮ ਦੇ ਨਾਲ ਗਾਣਾ ਜ਼ਿਆਦਾ ਪਸੰਦ ਕਰਦੀ ਹਾਂ, ਅਤੇ ਮੈਂ ਕਦੇ ਸੋਚਿਆ ਨਹੀਂ ਸੀ ਮੈਂ ਡਿਊਟ ਗਾਊਂਗੀ, ਪਰ ਉਸ ਵੇਲੇ ਹਾਲਾਤ ਇੱਦਾਂ ਦੇ ਸੀ ਕਿ ਮੈਂ ਪੈਸਾ ਖਰਚ ਕੇ ਅੱਗੇ ਨਹੀਂ ਆ ਸਕਦੀ ਸੀ, ਇੰਨਾ ਹੈਗਾ ਕਿ ਮੈਂ ਆਪਣੇ ਮਾਂ ਬਾਪ ਦਾ ਇੱਕ ਖੋਟਾ ਪੈਸਾ ਵੀ ਨਹੀਂ ਆਪਣੇ ਉੱਤੇ ਖਰਚਾਇਆ, ਔਰ ਆਪਾਂ ਆਪਣੇ ਸਿਰ 'ਤੇ, ਮੈਂ ਇੱਕ ਗੱਲ 'ਚ ਵਿਸ਼ਵਾਸ ਰੱਖਦੀ ਹਾਂ ਟੈਨਾ ਸਾਹਿਬ, ਜਦੋਂ ਤੁਸੀਂ ਮਿਹਨਤ ਕਰਦੇ ਆ ਨਾ, ਤੁਸੀਂ ਭੋਰੇ 'ਚ ਵੜ ਜਾਓ, ਉੱਥੇ ਮਿਹਨਤ ਕਰਨ ਲੱਗ ਜਾਓ, ਉੱਥੇ ਵੀ ਰੱਬ ਤੁਹਾਨੂੰ ਆ ਕੇ ਬਾਹਰ ਕੱਢੇਗਾ। ਜਿਹੜੀ ਮਿਹਨਤ ਆ ਨਾ, ਉਹ ਮਿਹਨਤ ਹੁਣ ਵੀ ਮੈਂ ਵਿਸ਼ਵਾਸ ਮਿਹਨਤ ਵਿੱਚ ਹੀ ਰੱਖਦੀ ਹਾਂ, ਕਿਉਂਕਿ ਮਿਹਨਤ ਆ ਜਿਹੜੀ, ਮਿਹਨਤ ਮੇਰੇ ਪਾਪਾ ਕਹਿੰਦੇ ਸੀ ਮਿਹਨਤ ਕਰਨ ਵਾਲੇ ਦੀ ਕਦੇ ਹਾਰ ਨਹੀਂ ਹੁੰਦੀ, ਔਰ ਮਿਹਨਤ ਦੇ ਸਿਰ 'ਤੇ ਆਪਾਂ ਤਾਂ ਅੱਗੇ ਆਏ ਹਾਂ। ਹਾਂਜੀ ਬਿਲਕੁਲ ਬਿਲਕੁਲ। ਜਿਹੜਾ ਤੁਹਾਡਾ ਕੋਈ ਸੋਲੋ ਇਕੱਲਿਆਂ ਦਾ ਗਾਣਾ ਜਿਹੜਾ, ਉਹਦੇ ਬੋਲ ਹੋ ਜਾਣ। ਮੈਂ ਗੁਰਬਖਸ਼ ਭਾਅ ਜੀ ਦਾ ਇੱਕ ਗਾਉਂਦੀ ਹੁੰਦੀ ਹਾਂ, ਬਹੁਤ ਮੇਰੇ ਕਰੀਬ ਆ ਦਿਲ ਦੇ, ਸਟੇਜ 'ਤੇ ਵੀ ਅਕਸਰ ਗਾਉਂਦੀ, ਮੈਂ ਥੋੜ੍ਹੀ ਨਜ਼ਰ ਕਰਦੀ ਹਾਂ। ਸਾਨੂੰ ਕਿੰਨਾ ਤੋਂ ਪਿਆਰਾ ਸਾਡਾ ਰੱਬ ਜਾਣਦਾ। ਹਾਂਜੀ ਹਾਂਜੀ, ਕਿਵੇਂ ਹੁੰਦਾ ਕਿਵੇਂ ਕੀਤਾ ਜਾਂਦਾ ਪਿਆਰ, ਇਹ ਗੱਲ ਪਿਆਰ ਪਾਉਣ ਵਾਲੇ ਵੀ ਨਹੀਂ ਜਾਣਦੇ, ਤੂੰ ਕੀ ਮੈਨੂੰ ਪੁੱਛਦਾ ਏ ਹਾਏ, ਤੂੰ ਕੀ ਮੈਨੂੰ ਪੁੱਛਦਾ ਏ ਕਿੰਨਾ ਚਾਹੁੰਦੇ ਸੱਜਣਾ ਨੂੰ, ਇਹ ਗੱਲ ਸ਼ਾਇਦ ਚਾਹੁਣ ਵਾਲੇ ਵੀ ਨਹੀਂ ਜਾਣਦੇ, ਇਹ ਗੱਲ ਸ਼ਾਇਦ ਚਾਹੁਣ ਵਾਲੇ ਵੀ ਨਹੀਂ ਜਾਣਦੇ, ਸੋਨੇ ਦੀ ਇੱਟ ਮਾਇਆ, ਵੀ ਰੱਬ ਤੈਨੂੰ ਕਲਮ ਦਿੱਤੀ ਤੂੰ ਐਡੇ ਜ਼ੁਲਮ ਨਾ ਲਿਖ ਮਾਇਆ, ਤੈਨੂੰ ਖਬਰ ਨਾ ਕੋਈ ਜਿਹੜੀ ਸਾਡੇ ਨਾਲ ਹੋਈ, ਜਿਵੇਂ ਉਜੜੇ ਹਾਂ ਅਸੀਂ
किदा करी दे गुजारा, किदा करी दे गुजारा, करी दे गुजारा। साडा रब जानदे सानू किन्ना तू प्यारा, साडा रब जानदे, रब जान दे वे साडा, रब जान दे। वाह क्या बात है, बहुत खूब। ये गुरबख्श शौंकी होरां दा गाया होया गीत जिहड़ा ओ बा कमाल है, तुसीं भी कमाल दा निभाया। थैंक यू। पाजी वर्गा तां नहीं गा सकदे, ओह तां बहुत सुरीले आ, पर इदां हुंदा कि सुरीले बंदिआं नूं गाउण लई थोड़ा जिहा जी करदा हुंदा कि कुछ ऐसी चीज़ां। नहीं, बहुत सोहणा गाया। इस दुगाना सफर दे विच सब तों वध मन नूं चंगा लगण वाला किहड़ा गीत रिहा तुहाडे, जिन्ना तुसीं हुण तक गाया तुहाडे मन दे सब तों नेड़े, दिल दे सब तों नेड़े किहड़ा गाणा, भी आ गाणा तां मैं वधिया गाया, इहदी मैनूं चंगी पेशकश होई सी? लॉकेट नाल, लॉकेट और टॉर्शकिनी नाल मैनूं ज़्यादा मतलब दिल नूं तसल्ली मिली आ। हाँ जी। ते लॉकेट विचला कोई होर गाणा आउण दिओ फिर। हाँ जी। सजणा में ज्योंदी मोई, दुनिया तो लुक लुक रोई, पूंजिया किसे नूरजां जी नूं मैं बहुत ज्यादा, नुसरत साहब नूं मैं सुनदी आ, मलिका तरन्नम नूरजां जी नूं तां बहुत ही ज्यादा, बहुत ही ज्यादा। और नुसरत साहब ओदां दीआं चीजां मतलब गाण नूं दिल करदा सी, स्टेजां ते वी घरे वी मैं उही गाउंदी सी, ते अपनी रूह की गल हुंदी है ना। ते पर फिर इदा लग्या कि अगे भी आना, अगे आने का जरिया होर तो है नहीं कोई, ड्यूट गायकी माड़ी नहीं हैगी, पर इदा हुंदा कि अपनी रूह की गल हुंदी है तुसी। जी हाँ जी, इदा हुई है। पर अक्सर जदों कुड़ियां डुएट गाउंदियां ने तो उन्हां दी शिकायत जरूर रहिंदी है कि देखो जी इहदे विच जिहड़ा एक कह लो भी मेल का पलड़ा है वह भारी रहिंदा है, कुड़ी नूं उन्ना अगे आउण दा मौका नहीं मिलदा, चाहे वह पैसिआं पक्खों कह लईए या अपना हुनर विखाउण पक्खों कह लईए। सो इस गल नाल किन्ना क सहमत हो? मैं एक बहुत ही कौड़ी गल कहण जा रही हाँ, ते पर मैं कहनी भी आ, मैं हटना भी नहीं कहण तों, क्योंकि कुड़ी मैं लवली भाजी ने गाया, क्योंकि मैं पहला भी इंटरव्यू दे विच दस्या कि लवली भाजी जदों दे गाउंदे आ सी तां बच्चे सी, छोटे छोटे सी, उन्हां नूं सुन के असी वड्डे होए आ, उन्हां नाल गाउणा बहुत वड्डी गल सी, और वड्डे भरावां वर्गा असी उन्हां दा सत्कार करदे आ। पर जिहड़े आम लोग हुंदे आ ना, उह कलाकारां दीआं बहुत सारीआं गल्लां इदां दीआं बना दिंदे आ जिहदे नाल भी अगला मतलब कोई भी फीमेल सिंगर आ, फीमेल सिंगर नूं तां बहुत कुछ करना पैंदा जी दुनिया दे विच, ਉਹ ਮਤਲਬ ਜੋੜੀਆਂ ਹੀ ਬਣਾ ਦਿੰਦੇ ਆ ਲੋਕ ਵੀ ਤੁਸੀਂ ਉਹਦੇ ਨਾਲ ਗਾਇਆ ਇਹਦੇ ਨਾਲ ਗਾਇਆ, ਪਤਾ ਨਹੀਂ ਕੀ ਕੁਛ, ਮਤਲਬ ਇੱਦਾਂ ਨਹੀਂ ਹੁੰਦਾ। ਇਹ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਕਿ ਸਾਡਾ ਕਿੱਤਾ ਆ, ਇਹ ਕਿੱਤੇ ਦਾ ਹਿੱਸਾ ਹੈ, ਸਾਡੇ ਵੀ ਫੈਮਿਲੀ ਮੈਂਬਰ ਆ, ਸਾਡੇ ਵੀ ਭਰਾ ਹੁੰਦੇ ਆ, ਠੀਕ ਆ ਨਾ, ਸਾਡੇ ਵੀ ਮਾਂ ਬਾਪ ਆ, ਔਰ ਸਾਡੇ ਵੀ ਘਰਾਂ 'ਚ ਉੱਦਾਂ ਹੀ ਹੁੰਦਾ ਜਿੱਦਾਂ ਕੁੜੀਆਂ ਨੂੰ ਡਾਂਟਿਆ ਜਾਂਦਾ ਹਰ ਚੀਜ਼ ਤੋਂ। ਕੋਈ ਐਂ ਥੋੜ੍ਹਾ ਵੀ ਕਲਾਕਾਰ, ਜੇ ਕੁੜੀ ਕਲਾਕਾਰ ਬਣ ਗਈ ਤਾਂ ਉਹਨੂੰ ਕਹਿਣ ਵਾਲ ਨਹੀਂ ਹੁੰਦਾ ਕੋਈ, ਇਹ ਲੋਕਾਂ ਦੀ ਸੋਚ ਵਿੱਚ ਆ। ਬਿਲਕੁਲ ਸਹੀ। ਹਾਂ, ਇਸ ਕਰਕੇ ਇਸ ਡਰ ਦੇ ਕਰਕੇ ਤੁਸੀਂ ਨਹੀਂ ਸੀ ਗਾਉਣਾ ਚਾਹੁੰਦੇ ਦੁਕਾਨਾ? ਨਹੀਂ, ਮੈਨੂੰ ਡਰ ਨਹੀਂ ਸੀ, ਡਰ ਨਹੀਂ ਸੀ ਮੈਨੂੰ, ਡਰ ਇੱਦਾਂ ਨਹੀਂ ਸੀ ਕਿ ਫਾਦਰ ਸਾਹਿਬ ਮੇਰੇ ਨਾਲ ਸੀ, ਫਾਦਰ ਸਾਹਿਬ ਦੀ ਸਪੋਰਟ ਬਹੁਤ ਜ਼ਿਆਦਾ ਸੀਗੀ ਮੇਰੇ ਨਾਲ, ਅਤੇ ਉਹਨਾਂ ਨੇ ਕਦੇ ਮੈਨੂੰ ਇੱਦਾਂ ਸੋਚਣ ਦਾ ਮੌਕਾ ਹੀ ਨਹੀਂ ਮੈਨੂੰ ਦਿੱਤਾ ਉਹਨਾਂ ਨੇ ਕਦੇ, ਕਿਉਂਕਿ ਮੈਨੂੰ ਇੱਦਾਂ ਦਾ ਮੇਰੇ ਪਾਪਾ ਨਾਲ ਆ, ਮੈਂ ਕਿਸੇ ਤੋਂ ਨਹੀਂ ਡਰਨਾ। ਹੁੰਦਾ ਨਾ ਤੁਸੀਂ ਵੀ ਕੁੜੀਆਂ, ਜੀ 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 ਹੁੰਦਾ ਨਾ, ਬਿਲਕੁਲ, ਜਦੋਂ ਪਾਪਾ ਨਾਲ ਹੁੰਦੇ ਆ ਫਿਰ ਆਪਾਂ ਸਹੀ ਕਰਦੇ ਹਾਂ ਜੋ ਕਰਦੇ ਹਾਂ, ਆਪਾਂ ਗਲਤ ਕਰਦੇ ਹੀ ਨਹੀਂ ਕਿਉਂਕਿ ਪਾਪਾ ਨਾਲ ਸੀਗੇ ਨਾ। ਅਤੇ ਇੱਦਾਂ ਸੀ ਕਿ ਉੱਦਾਂ ਮੈਨੂੰ ਡਿਊਟ ਗਾਇਕੀ ਮੈਂ ਕਦੇ ਸੁਣਿਆ ਨਹੀਂ ਸੀ ਡਿਊਟ। ਅੱਛਾ। ਹਾਂ, ਜਿੱਦਾਂ ਹੁੰਦਾ ਨਾ ਕਿਸੇ ਦਾ ਟੇਸਟ ਵੀ ਆਪਾਂ ਡਿਊਟ ਗਾਣੇ ਸੁਣਦੇ ਹਾਂ, ਅਤੇ ਹੁਣ ਤਾਂ ਸੁਣ ਲਈਦੇ ਆ, ਪਰ ਪਹਿਲਾਂ ਜਿੱਦਾਂ ਬਚਪਨ 'ਚ ਮੈਂ ਤਾਂ ਮੈਨੂੰ ਉਸ ਵੇਲੇ ਥੋੜ੍ਹੇ ਜਿਹੇ ਡਿਊਟ ਹੁੰਦੇ ਵੀ ਠੀਕ ਠਾਕ ਜਿਹੇ ਸੀ, ਅਤੇ ਮੈਂ ਸਪੈਸ਼ਲ ਕਿਸੇ 'ਤੇ ਨਹੀਂ ਕਹਿ ਰਹੀ ਇਹ ਗੱਲ, ਪਰ ਮੈਨੂੰ ਕੋਈ ਸ਼ਿਕਾਇਤ ਨਹੀਂ ਗਈ। ਹਾਂ, ਨਹੀਂ ਨਹੀਂ ਕੋਈ ਸ਼ਿਕਾਇਤ। ਭਾਈ ਮੇਰੀ ਫੋਟੋ ਛੋਟੀ ਲਾਉਂਦੇ ਰਹੇ ਆ, ਮੈਨੂੰ ਪਿੱਛੇ ਰੱਖਿਆ, ਮੇਰੇ ਨਾਲ ਗਾ ਕੇ ਫਲਾਣੇ ਅੱਗੇ ਨਿਕਲ ਗਏ, ਇਹਦਾ ਨਹੀਂ ਕੋਈ ਸ਼ਿਕਾਇਤ ਹੈਗੀ? ਨਹੀਂ, ਕਿਸੇ 'ਤੇ ਨਹੀਂ। ਪਤਾ ਕਿ ਕੁਛ ਗੱਲਾਂ ਇੱਦਾਂ ਨਹੀਂ ਹੁੰਦੀਆਂ ਟਹਿਣਾ ਸਾਹਿਬ, ਕੁਛ ਲੋਕ ਤੁਹਾਡੇ ਨਾਲ ਕਰ ਵੀ ਜਾਂਦੇ ਇੱਦਾਂ ਦੀਆਂ ਗੱਲਾਂ, ਪਰ ਆਪਾਂ ਕਿਉਂ ਚੀਪ ਬਣੀਏ, ਛੋਟੇ ਬਣੀਏ ਉਹ ਗੱਲਾਂ ਕਰਕੇ, ਹੈ ਨਾ? ਕੋਈ ਗੱਲ ਨਹੀਂ, ਠੀਕ ਹੈ ਜੋ ਵੀ। ਕੋਈ ਪੈਸੇ ਪੂਸੇ ਵੀ ਮਾਰ ਜਾਂਦੇ ਆ ਕਈ ਵਾਰੀ। ਦੇਖੋ ਜੀ, ਕੋਈ ਵੀ ਫੀਲਡ ਆ ਇਹ ਚੀਜ਼ ਤਾਂ ਹੁੰਦੀ ਆ, ਤਾਂ ਸਹਿਣੀ ਪੈਂਦੀ ਆ,
हाँ जी, पर कोई नहीं, मैं इदा का सोचा ही नहीं कदे। मैनू इन्ना कि मैनू मालिक ने मेरी औकात तो बद के देता, मैं वो खुश हाँ अज भी। मैं क्योंकि सब तो वीडी गल मैं यही कहती, मैं पैसा बहुत, मैं पैसा चाहे घट ही कमाया हो बाकिया नालों, पर मैं अपनी जिंदगी खुश हाँ। मेरे हसबेंड बहुत सपोर्टिव, बहुत चंगे इंसान आ, और मेरे बच्चे बहुत प्यारे आ दो। पर मैनू कही चीज़ तो मैनू रब ने की नहीं दिता है ना, सारा कुछ दिता। सो असी जे कोई कमी दे भी दी है, उस कमी लिए क्यों रब न ताने मेने मारीे कि आह घट दिता वह घट दिता, जोड़ा दिता वो शुक्र करिए। इन्ना कुछ दिता ही आ, मैं तो कभी सोच ही नहीं सकती सी जो मैनू दिता। जिथे भी जाके खड़े, जिथे मर्जी, मैं कैनेडा च भी, जिथे भी स्टोर च भी, कितने भी कितने शॉपिंग, तुहानू लोग पहचानते आ, तुहाडे कोल आके खड़ जाते, फिर तुहानू बुलाउंदे आ, तुहानू प्यार करते आ, फिर तुसीं किन्ना माण महसूस करदे। उत्थे कोई पैसा उहदे मुकाबले च है, कोई हो सकदा नहीं, नहीं कदे भी नहीं। पैसा तो बहुत लोगों को हैगा, पर नाम बिरलियां कोले हुंदा। सो मैं बहुत समझदी किवें भागां वालियां करमां वालियां कि मैनू चुनिया मालिक ने, और मैनू गाना मेरे हिस्से आया, और मेरा छोटा जिहा नाम आ लोगां च। जशनदीप दे नाल गाया होया कोई भी गीत जे पेश करना चाहो तां। हाँ जी, मैं सुना दां। आउण दिओ। ਤੂੰ ਥੱਲਿਆ ਜਾ ਗੋਰੀਏ, ਤੈਨੂੰ ਤਲੀਆਂ ਤੇ ਚੋਗ ਚੁਗਾਵਾਂ, ਕਾਲੀ ਜੱਚ ਹੋਈਆਂ ਛੁੱਟੀਆਂ, ਕਾਲੀ ਜੱਚ ਹੋਈਆਂ ਛੁੱਟੀਆਂ, ਦੱਸ ਕਿਹੜੇ ਮੈਂ ਬਹਾਨੇ ਆਵਾਂ। ਤੂੰ ਤਾਂ ਥੱਲਿਆ ਜਾ ਗੋਰੀਏ ਨੀ, ਤੈਨੂੰ ਤਲੀਆਂ ਤੇ ਚੋਗ ਚੁਗਾਵਾਂ। ਸਭ ਤੋਂ ਵੱਧ ਤੁਸੀਂ ਕਿਹੜੀ ਕੰਪਨੀ ਦੇ ਨਾਲ ਮਿਲ ਕੇ ਗਾਣੇ ਗਾਏ ਆ ਸਭ ਤੋਂ ਵੱਧ? मैं काफ़ी कंपनियां ना गाया, पर मैं ज़्यादा मेरे सत्कारयोग वड्डे वीर जी पिंकी धालीवाल। हाँ जी, अमर आडियो, अमर आडियो च मैं गाया। हाँ जी, ज़्यादा, सब तो ज़्यादा। हुण मैड प्योर म्यूजिक बन गई हो? हाँ जी, बिल्कुल बिल्कुल। बहुत अच्छा जी, बिल्कुल बहुत। ਹੁਣ ਦਿਓ ਕੁਛ ਅੱਗੇ ਕੁਛ। ਕਹਿਣਾ ਸਾਹਿਬ ਦਾ ਲਹਿਜ਼ਾ ਵੇਖ ਕੇ ਮੈਂ ਹੈਰਾਨ ਸੀ, ਹੁਣ ਬੈਡ ਮਿਊਜ਼ਿਕ ਬਣ ਗਈ ਆ। ਕਹਿਣਾ ਸਾਹਿਬ, ਮੈਨੂੰ ਉਹ ਗੱਲ ਸੱਚ ਸਾਬਤ ਹੁੰਦੀ ਨਜ਼ਰ ਆ ਰਹੀ ਹੈ ਵੀ ਇਹ ਜੱਜ ਦਾ ਵਿਚਾਰ ਹੀ ਬਣ ਜਾਣਾ ਸ਼ਾਇਦ। ਸੋ ਖੈਰ, ਆਪਾਂ ਕੰਪਨੀਆਂ ਦੀ ਗੱਲ ਕਰ ਰਹੇ ਸੀ। ਇਸ ਤੋਂ ਪਹਿਲਾਂ ਵੀ ਤੁਸੀਂ ਜ਼ਿਕਰ ਕੀਤਾ ਸੀ ਕਿ ਗਾਣੇ ਜਿਹੜੇ ਆ ਵੱਢ ਵਟਾਂਗੇ ਵਾਲੇ ਹੀ ਗੇ, ਉਹ ਇਹ ਗਾਣਾ ਤੁਸੀਂ ਗਾਉਣ ਤੋਂ ਮਨਾ ਕਰਤਾ, ਤੁਹਾਡੇ ਹਸਬੈਂਡ ਨੇ ਮਨਾ ਕਰ ਦਿੱਤਾ ਵੀ ਇਹ ਗਾਣੇ ਨਹੀਂ ਗਾਉਣੇ, ਹੈ ਨਾ? ਉਹ ਵੱਢ ਵਟਾਂਗੇ ਵਾਲਾ ਵੀ ਨਹੀਂ ਸੀ ਉਹਦੇ, ਕੁਛ ਉਹਦੀ ਵਰਡਿੰਗ ਬਹੁਤ, ਮਤਲਬ ਮੈਂ ਕੀ, ਮੈਨੂੰ ਯਾਦ ਵੀ ਨਹੀਂ ਹੋਣਾ, ਉਹ ਕੁਛ ਅੱਛੇ ਨਹੀਂ ਸੀ ਉਹਦੇ ਬੋਲ ਗਾਣੇ ਦੇ। ਪਰ ਅੱਜ ਕੱਲ ਬਹੁਤਾ ਜੇ ਆਪਾਂ ਕਹਿੰਦੇ ਆ ਨਾ, ਜਿਹੜੇ ਲੋਕ ਇਦਾਂ ਦੇ ਗੀਤ ਗਾਉਂਦੇ ਨੇ ਉਹ ਇਹ ਕਹਿੰਦੇ ਨੇ ਕਿ ਕੰਪਨੀਆਂ ਵਾਲੇ ਗਵਾਉਂਦੇ ਨੇ, ਕਮਰਸ਼ੀਅਲ ਹੋ ਕੇ ਗਵਾਉਂਦੇ ਨੇ। ਪਰ ਕੰਪਨੀਆਂ ਵਾਲੇ ਵੀ ਕੀ ਕਰਨ, ਕਲਾਕਾਰ ਵੀ ਕੀ ਕਰਨ, ਲੋਕ ਅੱਛੀਆਂ ਚੀਜ਼ਾਂ ਨੂੰ ਨਹੀਂ ਪ੍ਰਮੋਟ ਕਰਦੇ, ਇਹ ਵੀ ਸੱਚ ਆ ਇੱਕ। ਅੱਛਾ, ਸਾਰੇ ਲੋਕ ਥੋੜ੍ਹਾ ਸੁਣਦੇ ਆ ਅੱਛੀਆਂ ਚੀਜ਼ਾਂ, ਉਹ ਅੱਛਾ ਵੀ ਗਾਉਂਦੇ ਆ ਲੋਕ, ਅੱਛੀਆਂ ਚੀਜ਼ਾਂ, ਅੱਛੇ ਗਾਣੇ ਵੀ ਆਉਂਦੇ ਆ, ਪਰ ਉਹ ਪਿੱਛੇ ਰਹਿ ਜਾਂਦੇ ਆ ਕਿਤੇ ਗਵਾ ਨਹੀਂ। ਪਰ ਅੱਜ ਜੇ ਵਾਰਿਸ ਭਰਾਵਾਂ ਦੀ ਗੱਲ ਕਰੀਏ, ਸਤਿੰਦਰ ਸਰਤਾਜ ਦੀ ਗੱਲ ਕਰੀਏ, ਅਮਰਿੰਦਰ ਗਿੱਲ ਦੀ ਗੱਲ ਕਰੀਏ, ਹੋਰ ਬਹੁਤ ਸਾਰੇ ਨਾਂ ਇਹੋ ਜਿਹੇ ਨੇ ਜਿਨ੍ਹਾਂ ਨੇ ਚੰਗਾ ਗਾ ਕੇ ਹੀ ਨਾਂ ਬਣਾਇਆ, ਜਿਨ੍ਹਾਂ ਨੇ ਕਦੇ ਵੀ ਇਹ ਗਾਣਾ ਨਹੀਂ ਗਾਇਆ ਵੀ ਵੱਢ ਦਿਆਂਗੇ, ਚੱਕ ਦਿਆਂਗੇ, ਰੱਖ ਦਿਆਂਗੇ, ਤੇਰੀ ਅੱਡੀ ਸੋਹਣੀ, ਤੇਰੀ ਧੌਣ ਸੋਹਣੀ, ਯੇ ਵੋ, ਉਹਨਾਂ ਨੇ ਕਦੇ ਵੀ ਨਹੀਂ। ਵੈਸੇ ਤਾਂ ਮੈਂ ਇਹ ਵੀ ਗੱਲ ਕਹਿਣਾ ਚਾਹੁੰਦੀ ਕਿ ਕਲਾਕਾਰਾਂ ਨੂੰ ਵੀ ਕੁਛ ਸਮਾਜ ਨੂੰ ਸੇਧ ਦੇਣੀ ਚਾਹੀਦੀ ਆ, ਅੱਛਾ ਗਾਓ। ਪਰ ਹੁਣ ਮੈਂ ਕੀ ਕਰ ਸਕਦੀ, ਮੈਂ ਵੀ ਕੀ ਕਹਿ ਸਕਦੀ ਹਾਂ, ਕਿਉਂਕਿ ਲੋਕ ਸੁਣਦੇ ਆ, ਕਲਾਕਾਰ ਗਾਈ ਜਾਂਦੇ ਆ। ਤੁਸੀਂ ਵੀ ਸੇਧ ਦੇਣ ਵਾਲੇ ਗਾਣੇ ਗਾਏ ਹੋਣਗੇ? ਮੇਰੇ ਇੰਨੇ ਬੁਰੇ ਨਹੀਂ ਹੈਗੇ ਵੈਸੇ। ਨਹੀਂ ਨਹੀਂ, ਸਮਾਜਿਕ। ਹਾਂਜੀ, ਸਮਾਜਿਕ ਮਤਲਬ ਕੋਈ ਸੁਨੇਹਾ ਲੁਕਿਆ, ਸੁਨੇਹਾ ਹੋਵੇ। ਹਾਂ, ਮਤਲਬ ਕੋਈ ਰੁੱਖਾਂ ਬਾਰੇ, ਕੋਈ ਪੰਜਾਬ ਬਾਰੇ, ਕੋਈ ਧੀਆਂ ਬਾਰੇ। ਮੇਰੇ ਜਿਹੜੇ ਗਾਣੇ ਆ ਉਹ ਨੋਕ ਝੋਕ ਜੀ ਆ, ਜਿਵੇਂ ਆਮ ਜਿਹੜੀ ਹਸਬੈਂਡ ਵਾਈਫ ਦੀ ਜਾਂ ਫੈਮਲੀਆਂ 'ਚ, ਉਹ ਉਦਾਂ ਦੇ ਆ ਮੇਰੇ। ਹਾਂਜੀ, ਅਤੇ ਬਾਕੀ ਮੈਂ ਧੀਆਂ ਦੇ ਲਈ ਇੱਕ ਮੇਰਾ ਆਪਣਾ ਲਿਖਿਆ ਹੋਇਆ ਆ, ਔਰ ਮੈਂ ਗਾਇਆ ਵੀ, ਔਰ ਬਹੁਤ ਜਲਦੀ ਮੈਂ ਉਹਨੂੰ ਰਿਕਾਰਡ ਵੀ ਹਾਲੇ ਦੱਸਣ ਯੋਗ ਨਹੀਂ ਉਹ। ਨਹੀਂ, ਮੈਂ ਦੱਸਣਾ ਦਿੰਦੀ ਹਾਂ। ਦੱਸ ਦਿਓ ਫਿਰ। ਅਮੜੀ ਤੋਂ ਵੱਖ ਮੈਂ ਹੋਈ ਹੈ, ਤਹਿਣਾ ਗਲ ਲਗ ਲਗ ਰੋਈ, ਅਮੜੀ ਤੋਂ ਵੱਖ ਮੈਂ ਹੋਈ, ਭੈਣਾ ਗੱਲ ਲੱਗ ਲੱਗ ਰੋਈ, ਬਾਬਲੇ ਦਾ ਵੇੜਾ ਕਦੋਂ ਦੇਖਣਾ ਨੀ, ਅੰਮੀ ਧੀਆਂ ਕਾ ਤੋਹਣ ਪਰ ਦੇਸਣਾ ਨੀ, ਅੰਮੀ ਧੀਆਂ ਕਾ ਤੋਹਣ ਪਰ ਦੇਸਣਾ ਹੈ। ਬਹੁਤ ਖੂਬ, ਇਹ ਗਾਣਾ ਥੋੜਾ ਛੇਤੀ ਆਵੇ ਤੇ ਛਾ ਜਾਵੇ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਹੁਣ ਨਾ ਆਪਾਂ ਇਸ ਕਿਸ਼ਤ ਨੂੰ ਇੱਥੇ ਰੋਕਦੇ ਹਾਂ, ਡੰਡੀ ਲਾ ਦਿੰਦੇ ਹਾਂ ਪ੍ਰੋਗਰਾਮ 'ਤੇ, ਫਿਰ ਅਗਲੀ ਕਿਸ਼ਤ ਦੇ ਵਿੱਚ ਤੁਹਾਡੇ ਘਰ ਵਾਲਾ ਨਾਲ ਬਾਉਂਦੇ ਹਾਂ।
बरकरार है जी, तुसी जरूर अपनी प्रतिक्रिया जिहड़ी आ साडे तक पहुंचायो। तिन्नां नूं फिलहाल दे लई दिओ इजाजत। सत श्री अकाल। तुसी वेखदे रहो प्राइम एशिया टीवी, तुहाडा अपना तुहाडे लई। ਜੱਜ ਦਾ ਵਿਚਾਰ।